ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਬਹੁਤ ਲਾਜ਼ਮੀ ਹੈ ਉਹਨਾਂ ਸੱਜਣਾਂ ਦਾ, ਉਹਨਾਂ ਸ਼ਖਸੀਅਤਾਂ ਦਾ ਜਿਨ੍ਹਾਂ ਦੇ ਸਹਿਯੋਗ ਦੇ ਸਦਕਾ ਅੱਜ ਦਾ ਇਹ ਸ਼ੋਅ ਤੁਹਾਡੇ ਤੱਕ ਪਹੁੰਚ ਰਿਹਾ। ਸੋਮਵਾਰ ਦਾ ਦਿਨ ਹੈ, ਬਲਵੀਰ ਸਿੰਘ ਦਰਾਰ ਪੱਲੀ ਚਿੱਕੀ ਵਾਲੇ, ਉਨ੍ਹਾਂ ਦੇ ਸਹਿਯੋਗ ਦੇ ਸਦਕਾ ਇਹ ਗੱਲਬਾਤ ਤੁਹਾਡੇ ਤੱਕ ਪਹੁੰਚ ਰਹੀ ਹੈ, ਧੰਨਵਾਦ ਉਨ੍ਹਾਂ ਦਾ। ਤੇ ਵੇਨ ਸਿੰਘ ਬਸਾਲ ਇਮੀਗ੍ਰੇਸ਼ਨ ਦੇ ਨਾਲ ਨਾਲ ਉਹ ਟਰੱਕ ਦੇ ਨਾਲ ਰਿਲੇਟਡ ਸਾਰਾ ਹੀ ਪੇਪਰ ਵਰਕ ਕਰਦੇ ਆ, ਅਕਾਊਂਟਿੰਗ, ਰੀਅਲ ਅਸਟੇਟ, ਗੱਲ ਮਕਾਓ, ਹਰ ਤਰ੍ਹਾਂ ਦਾ ਪੇਪਰ ਵਰਕ ਕਰਾਉਣਾ, ਘਰ ਵੇਚਣਾ, ਖਰੀਦਣਾ, ਪੈਸੇ ਇਧਰ ਉਧਰ ਇਨਵੈਸਟ ਕਰਨੇ ਆ, ਤਾਂ ਫਿਰ ਇੰਡੀਅਨਐਪਲਿਸ ਦੇ ਵਿਚ ਨੇੜੇ ਤੇੜੇ ਹੋ ਤੁਸੀਂ, ਤਾਂ ਫਿਰ ਦੇਰ ਨਾ ਕਰੋ, ਨੰਬਰ ਡਾਇਲ ਕਰੋ 317-809-1818 317-809-1818। ਤੇ ਹੁਣ ਗੱਲ ਕਰਦੇ ਆ ਪੰਨੂ ਸਾਹਿਬ ਨਾਲ। ਜੀ ਪੰਨੂ ਸਾਹਿਬ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਸੁਖਨੇਵ ਜੀ, ਵੈਲਕਮ, ਬਹੁਤ ਧੰਨਵਾਦ ਜੀ ਤੁਹਾਡਾ, ਤੁਸੀਂ ਜੁੜੇ ਹੋ। ਤੇ ਪੰਨੂ ਸਾਹਿਬ, ਸਭ ਤੋਂ ਪਹਿਲਾਂ ਦੇਸ਼ ਦੀ ਤੇ ਦੁਨੀਆਂ ਦੀ ਖ਼ਬਰ ਲਈ ਹੈ, ਵਿਦੇਸ਼ਾਂ ਦੇ ਵਿਚ ਵੀ ਚਰਚੇ ਨੇ ਤੇ ਦੇਸ਼ ਦੇ ਵਿਚ ਵੀ ਚਰਚੇ ਨੇ ਕੁਛ ਗੱਲਾਂ ਦੇ। ਉਨ੍ਹਾਂ 39 ਭਾਰਤੀਆਂ ਦੀ ਗੱਲ ਕਰ ਲਈਏ ਜੀ ਆਪਾਂ, ਜਿਹੜੇ ਮਾਮਾ ਦੇ ਪੁੱਤ, ਹਜੇ ਤੱਕ ਉਨ੍ਹਾਂ ਦੇ ਬਾਰੇ ਕੁਛ ਵੀ ਨਹੀਂ ਪਤਾ ਲੱਗਿਆ। 40 ਲਾਪਤਾ ਹੋਏ ਸੀ, ਹਰਜੀਤ ਮਸੀਹ ਵਾਪਸ ਆ ਗਿਆ ਸੀ, ਕਹਿੰਦਾ ਸੀ ਕਿ ਮੈਨੂੰ ਛੱਡਤਾ, ਬਖਸ਼ਤਾ। ਉਦੋਂ ਕਹਿੰਦਾ ਸੀਗਾ ਜੀ ਕਿ ਮੈਂ ਗਵਾਹ ਹੈ ਇਸ ਗੱਲ ਦਾ ਕਿ ਮੇਰੇ ਸਾਹਮਣੇ ਉਨ੍ਹਾਂ ਨੂੰ ਗੋਲੀ ਮਾਰੀ ਸੀ। ਹੁਣ ਹਰਜੀਤ ਮਸੀਹ ਬੋਲ ਨਹੀਂ ਰਿਹਾ, ਜੋ ਸੁਸ਼ਮਾ ਸਵਰਾਜ ਬੋਲ ਰਿਹਾ ਉਹ ਤੇ ਯਕੀਨ ਜਾ ਨਹੀਂ ਹੁੰਦਾ। ਸੁਸ਼ਮਾ ਸਵਰਾਜ ਪਿਛਲੇ ਸਮੇਂ ਚ 12 ਵਾਰ ਮਿਲੀ ਉਹਨਾਂ ਪਰਿਵਾਰਾਂ ਨੂੰ ਜੀ, ਉਹਨੇ ਹਰ ਵਾਰ ਇਹ ਆਖਿਆ ਕਿ ਮੇਰੀ ਇਨਫੋਰਮੇਸ਼ਨ ਦੇ ਮੁਤਾਬਿਕ ਉਹ ਬੰਦੇ ਜਿਉਂਦੇ ਆ ਜੀ। ਇੱਕ ਦੋ ਵਾਰ ਉਹਨੇ ਇਹ ਵੀ ਆਖਿਆ ਕਿ ਇਰਾਕ ਦੇ ਨਾਲ ਲੱਗਦੇ ਦੇਸ਼ਾਂ ਦੇ ਜਿਹੜੇ ਡਿਪਲੋਮੈਟ ਉੱਥੇ ਆਉਂਦੇ ਜਾਂਦੇ ਰਹਿੰਦੇ ਆ ਜੀ, ਉਹਨਾਂ ਮੈਨੂੰ ਦੱਸਿਆ ਜੀ ਤੁਹਾਡੇ ਬੰਦੇ ਜਿਉਂਦੇ। ਇੱਕ ਦੋ ਵਾਰ ਧਾਰਮਿਕ ਆਗੂਆਂ ਦੇ ਨਾਮ ਵੀ ਲਿਆ ਗਿਆ। ਹੁਣ ਜਦੋਂ ਉਹ ਮਸੂਲ ਦਾ ਸ਼ਹਿਰ ਜਿਹੜੀ IS ਦੀ ਰਾਜਧਾਨੀ ਸੀ ਉਹ ਖਾਲੀ ਕਰਵਾ ਲਿਆ ਤੇ ਪਰਿਵਾਰ ਸਾਰੇ ਫਿਰ ਉੱਥੇ ਭੱਜ ਕੇ ਗਏ, ਉਹਦੇ ਕੋਲ ਕੋਈ ਬੀਬੀ ਕੁਛ ਕਰ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਆਖਿਆ ਬੀਬੀ ਕੁਛ ਕਰ, ਤੇ ਬੀਬੀ ਨੇ ਆਖਿਆ ਜੀ ਮੈਨੂੰ ਆਪ ਨੂੰ ਵੀ ਚਿੰਤਾ ਤੁਹਾਡੇ ਕਹਿਣ ਦੀ ਲੋੜ ਨੀ, ਅਸੀਂ ਕਰਦੇ ਪਏ ਆ। ਮਸੂਲ ਦੀ ਜੇਲ੍ਹ ਚੋਂ ਉਹ ਮਿਲੇ ਨੀ, ਤੇ ਹੁਣ ਪਤਾ ਲੱਗਾ ਕਿ ਅਗਲੇ ਪਾਸੇ ਕੋਈ 50-60 ਕਿਲੋਮੀਟਰ ਦੂਰ ਇੱਕ ਹੋਰ ਸ਼ਹਿਰ ਆ ਬਾਦਸ਼, ਉਹਦੀ ਜੇਲ੍ਹ ਦੇ ਵਿਚ ਹੋ ਸਕਦੇ ਆ, ਤੇ ਅਸੀਂ ਉਧਰੋਂ ਲੱਭਦੇ ਪਏ ਆ। ਮੈਂ ਆਪਣਾ ਰਾਜ ਮੰਤਰੀ ਭੇਜਿਆ ਸੀ ਜਨਰਲ ਵੀਕੇ ਸਿੰਘ, ਇਹ ਉੱਥੇ ਕੁਝ ਸਮਾਂ ਲਾ ਕੇ ਆਇਆ, ਉੱਥੋਂ ਦੀ ਸਰਕਾਰ ਨਾਲ ਉਹਨਾਂ ਦੇ ਅਫਸਰਾਂ ਨਾਲ ਗੱਲ ਕਰਕੇ ਆਇਆ, ਸਾਨੂੰ ਆਸ ਹੈ ਕਿ ਕੋਈ ਨਾ ਕੁਝ ਪਤਾ ਲੱਗੂਗਾ ਜੀ। ਇਦੋਂ ਵੱਧ ਉਹ ਦੱਸ ਵੀ ਕੋਈ ਨੀ ਸਕਦੀ ਜਿਹੜਾ ਕੰਮ ਕਰਨ ਵਾਲਾ, ਕਿ ਉਹਨਾਂ ਏਜੰਟਾਂ ਨੂੰ ਫੜਿਆ ਜਾਵੇ ਜਿਨ੍ਹਾਂ ਨੇ ਮੁੰਡੇ ਉੱਥੇ ਭੇਜ ਕੇ ਫਸਾਦ ਤੇ ਝੂਠ ਬੋਲ ਕੇ ਉਹਨਾਂ ਨੂੰ ਭੇਜਿਆ ਗਿਆ, ਉਹਨਾਂ ਚੋਂ ਕਿਸੇ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਹੋ ਰਹੀ। ਉਹ ਹੋਣੀ ਬਹੁਤ ਜ਼ਰੂਰੀ ਆ, ਕਿਉਂਕਿ ਇੱਥੋਂ ਜਦੋਂ ਪਤਾ ਹੀ ਹੈ ਕਿ ਇਰਾਕ ਦਾ ਵੀਜ਼ਾ ਨਹੀਂ ਲੱਗਦਾ, ਤੇ ਜਿਹੜੀਆਂ ਏਜੰਸੀਆਂ ਨੇ ਝੂਠੇ ਵੀਜ਼ੇ ਇੱਥੋਂ ਦੁਬਈ ਦੇ, ਸਾਊਦੀ ਅਰਬ ਦੇ ਲਵਾ ਕੇ ਦਿੱਤੇ ਤੇ ਉੱਥੋਂ ਅੱਗੇ ਬੰਦੇ ਇਰਾਕ ਵਿੱਚ ਗਏ, ਉਹਨਾਂ ਏਜੰਸੀਆਂ ਦੇ ਖਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ ਜੀ। ਨਾ ਬੀਬੀ ਕਰਦੀ ਆ, ਨਾ ਪਿਛਲੀ ਅਕਾਲੀ ਭਾਜਪਾ ਸਰਕਾਰ ਵਾਲਾ ਬਾਬਾ ਕਰਦਾ ਸੀ, ਨਾ ਹੁਣ ਵਾਲੇ ਕਪਤਾਨ ਸਾਹਿਬ ਕਰਦੇ ਆ। ਜਦ ਤੱਕ ਇਹਨਾਂ ਏਜੰਟਾਂ ਨੂੰ ਠੱਲ ਨੀ ਪਾਈ ਜਾਂਦੀ, ਉਹਨਾਂ ਚਿਰ ਤੱਕ ਇਸ ਤਰ੍ਹਾਂ ਦੇ ਦੁਖਾਂਤ ਜਿਹੜਾ ਰੋਕ ਕੇ ਨਹੀਂ ਜਾ ਸਕਦੇ। ਅਸੀਂ ਤਾਂ ਮਾਲਟਾ ਕਾਂਡ ਤੋਂ ਲੈ ਕੇ ਵੇਖਦੇ ਆਏ ਆ, ਇਹ ਏਜੰਟ ਜਿੰਨੀ ਕਮਾਈ ਕਰਦੇ ਆ ਉਹ ਝੋਪਰ ਹੇਠਾਂ ਹਿੱਸਾ ਪੱਤੀ ਦਿੰਦੇ, ਇਸ ਕਰਕੇ ਇਹਨਾਂ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਹੁੰਦੀ। ਉਹ ਕਾਰਵਾਈ ਹੋਣੀ ਬਹੁਤ ਜ਼ਰੂਰੀ ਆ ਤੇ ਅਜੇ ਤੱਕ ਨਹੀਂ ਕੀਤੀ ਗਈ ਜੀ। ਤੇ ਹਰਜੀਤ ਮਸੀਹ ਹੈ ਜੀ, ਜਿਵੇਂ ਉਹ ਆ ਕੇ ਕਹਿੰਦਾ ਕਿ ਮੈਨੂੰ ਬਖਸ਼ਤਾ ਜੀ IS ਨੇ ਤੇ ਇਹਨਾਂ ਨੂੰ ਗੋਲੀ ਮਾਰਤੀ, ਪਰ ਸਾਹਿਬ ਕਿੰਨਾ ਕੁ ਸੱਚ ਲੱਗਦਾ ਇਸ ਗੱਲ ਦੇ ਵਿਚ? ਉਹ ਹਰਜੀਤ ਮਸੀਹ ਜਿਹੜਾ ਉਹ ਆਪਣੇ ਆਪ ਨੂੰ ਕਦੇ ਕਹਿੰਦਾ ਜੀ ਮੈਂ ਤੁਹਾਨੂੰ ਕਹਿ ਦਿੱਤਾ ਸੀ ਮੈਂ ਵੀ ਮੁਸਲਮਾਨ ਹਾਂ, ਕਦੇ ਕੁਛ ਉਹ ਬਿਆਨ ਬੜੇ ਬਦਲਦਾ ਰਿਹਾ ਜੀ, ਤੇ ਇਸ ਕਰਕੇ ਦਾ ਭਰੋਸਾ ਨੀ। ਇੱਕ ਤਾਂ ਉਹਨੇ ਇਹ ਵੀ ਕਹਿ ਦਿੱਤਾ ਕਿ ਮੈਨੂੰ ਵੀ ਗੋਲੀ ਨਾਲ ਮਾਰੀ ਗਈ ਸੀ, ਪਰ ਮੈਂ ਮਰ ਗਿਆ ਵਾਂਗ ਪਿਆ ਰਿਹਾ, ਉਹਨਾਂ ਸਮਝਿਆ ਮਰ ਗਿਆ ਤੇ ਵੇਖ ਕੇ ਛੱਡ ਕੇ ਚਲੇ ਗਏ, ਤੇ ਜੇ ਛੱਡ ਕੇ ਨਾ ਜਾਂਦੇ ਤੇ ਮੈਨੂੰ ਵੀ ਮਾਰ ਦਿੰਦੇ ਜੇ ਉਹਨੂੰ ਪਤਾ ਲੱਗ ਜਾਂਦਾ, ਤੇ ਮੈਂ ਮੁਰਦਿਆਂ ਚ ਮੁਰਦਾ ਬਣ ਕੇ ਪਿਆ ਰਿਹਾ ਸੀ, ਏਦਾਂ ਦੀ ਗੱਲ ਵੀ ਉਹਨੇ ਕੀਤੀ ਸੀ ਜੀ। ਉਹ ਬੜੇ ਬਿਆਨ ਬਦਲਦਾ ਰਿਹਾ, ਉਹ ਬਹੁਤਾ ਭਰੋਸੇ ਦੇ ਕਾਬਲ ਨਹੀਂ, ਜਾਂ ਤਾਂ ਉਦੋਂ ਹੀ ਬਿਠਾ ਕੇ ਉਹਦੇ ਨਾਲ ਗੱਲ ਕੀਤੀ ਜਾਂਦੀ। ਸਾਡੀਆਂ ਏਜੰਸੀਆਂ ਨੇ ਵੀ ਕੀਤਾ ਕਿ ਜਦੋਂ ਆਇਆ ਉਹਨੂੰ ਇਕਦਮ ਹੀ ਇਸ ਤਰ੍ਹਾਂ ਲੁਕਾ ਲਿਆ ਜਿਵੇਂ ਉਹਦੇ ਕੋਲ ਕੋਈ ਗੁੱਝਾ ਭੇਦ ਹੈ, ਤੇ ਸਰਕਾਰ ਤੇ ਏਜੰਸੀਆਂ ਚਾਹੁੰਦੀਆਂ ਨੇ ਕਿ ਉਹ ਭੇਦ ਲੋਕਾਂ ਤੱਕ ਪਹੁੰਚ ਜਾਵੇ। ਉਹਦੇ ਨਾਲ ਮਾਮਲਾ ਸਰਕਾਰ ਬਾਰੇ ਵੀ ਸ਼ੱਕੀ ਜਿਹਾ ਬਣ ਗਿਆ ਕਿ ਸਰਕਾਰ ਉਹਨੂੰ ਲੁਕਾਉਂਦੀ ਕਿਉਂ ਫਿਰਦੀ ਆ, ਲੁਕਾਉਣਾ ਨਹੀਂ ਚਾਹੀਦਾ ਉਹਨੂੰ, ਬਲਕਿ ਸਾਹਮਣੇ ਲਿਆ ਕਰਨਾ ਚਾਹੀਦਾ ਸੀ, ਇੱਕੇ ਵਾਰੀ ਮੀਡੀਆ ਸਾਹਮਣੇ ਬਿਆਨ ਦੇ ਦੇ, ਉਹਦੇ ਨਾਲ ਕਈ ਕਿਸਮ ਦੀ ਧੁੰਦ ਜਿਹੜੀ ਆ ਸਾਫ਼ ਹੋ ਸਕਦੀ ਸੀ, ਇਹ ਦਾਅ ਨਹੀਂ ਵਰਤਿਆ ਗਿਆ ਜੀ। ਪੰਨੂ ਸਾਹਿਬ, ਗੱਲ ਕਰੀਏ ਅਮਰੀਕਾ ਦੀ, ਉੱਥੇ ਇੱਕ ਬਿੱਲ ਪਾਸ ਹੋਇਆ, ਦੋ ਹੋਏ ਨੇ, ਇੱਕ ਚ ਪਾਕਿਸਤਾਨ ਦੇ ਖਿਲਾਫ਼ ਕਈ ਸ਼ਰਤਾਂ ਲਾ ਦਿੱਤੀਆਂ ਗਈਆਂ ਤੇ ਭਾਰਤ ਦੇ ਨਾਲ,
ਸੰਬੰਧ ਬਣਾਉਣ ਦੀ ਗੱਲ ਹੈ ਜਿਹੜੀ ਸਖਾਵੇਂ ਸੰਬੰਧ ਬਣਾਉਣ ਦੀ ਤੇ ਵਧਾਉਣ ਦੀ ਉਹ ਵੀ ਨਾਲ ਨਾਲ ਚੱਲ ਰਹੀ ਹੈ ਦੋ ਵੱਖਰੇ ਵੱਖਰੇ ਬਿੱਲ। ਇਹ ਗੱਲ ਇਸ ਤਰ੍ਹਾਂ ਕਿ ਉੱਥੇ ਬੜੇ ਚਿਰ ਤੋਂ ਕੁਛ ਉਹਨਾਂ ਦੇ ਸੈਨੇਟਰ ਤੇ ਕਾਂਗਰਸਮੈਨ ਇਸ ਗੱਲ ਦਾ ਜ਼ੋਰ ਲਾਉਂਦੇ ਸੀ ਕਿ ਭਾਰਤ ਨਾਲ ਸੰਬੰਧ ਸੁਧਾਰਨੇ ਚਾਹੀਦੇ ਆ ਤੇ ਨਾਲ ਇਹ ਵੀ ਕਹਿੰਦੇ ਸੀ ਕਿ ਪਾਕਿਸਤਾਨ ਕਿਉਂਕਿ ਲਗਾਤਾਰ ਅਮਰੀਕਾ ਨੂੰ ਵੀ ਧੋਖਾ ਦਿੰਦਾ ਆਂਢ ਗੁਆਂਢ ਦੇ ਦੇਸ਼ਾਂ ਨੂੰ ਵੀ ਧੋਖਾ ਦਿੰਦਾ ਇਸ ਕਰਕੇ ਉਹ ਜਿਹੜਾ ਉਹਦੇ ਖਿਲਾਫ਼ ਕਾਰਵਾਈ ਕਰਨੀ ਚਾਹੀਦੀ ਆ ਉਹਨੂੰ ਖੁੱਲਾ ਪੈਸਾ ਨਹੀਂ ਦੇਣਾ ਚਾਹੀਦਾ ਉਹਦਾ ਪੈਸਾ ਰੋਕਣਾ ਚਾਹੀਦਾ ਕਹਿਣਾ ਚਾਹੀਦਾ ਅੱਤਵਾਦ ਦੇ ਖਿਲਾਫ਼ ਕਾਰਵਾਈ ਕਰੇ ਜੇ ਨਹੀਂ ਕਰਦਾ ਤੇ ਉਹਦੇ ਖਿਲਾਫ਼ ਕਾਰਵਾਈ ਕਰਨੀ ਚਾਹੀਦੀ ਆ ਹੁਣ ਤੱਕ ਨਹੀਂ ਸੀ ਕੀਤੀ ਗਈ ਹੁਣ ਐਮੀ ਬੇਰਾ ਜਿਹੜੀ ਉੱਥੇ ਭਾਰਤੀ ਮੂਲ ਦੇ ਪਾਰਲੀਮੈਂਟ ਮੈਂਬਰ ਉਹਨਾਂ ਨੇ ਉੱਥੇ ਮਤਾ ਰੱਖਿਆ ਤੇ ਉਹ ਮਤਾ ਅੰਤ ਵਿਚ ਪਾਸ ਹੋ ਗਿਆ ਤੇ ਕਾਫ਼ੀ ਵੱਡੀ ਮੈਜੋਰਿਟੀ ਨਾਲ ਪਾਸ ਹੋ ਗਿਆ ਜਿਹਦੇ ਚ ਦੋ ਗੱਲਾਂ ਇਕੱਠੀਆਂ ਹੋਈਆਂ ਇੱਕ ਗੱਲ ਤਾਂ ਇਹ ਕਿ ਭਾਰਤ ਦੇ ਨਾਲ ਡਿਫੈਂਸ ਦੇ ਜਿਹੜੇ ਸਮਝੌਤੇ ਆ ਉਹ ਵਧਾਏ ਜਾਣ ਫੌਜੀ ਸਹਿਯੋਗ ਕੀਤਾ ਜਾਵੇ ਤੇ ਸਹਿਯੋਗ ਲਿਆ ਜਾਵੇ ਤੇ ਦੂਸਰੀ ਗੱਲ ਇਹ ਕਿ ਜਿਹੜਾ ਪਾਕਿਸਤਾਨ ਆ ਉਹਦੇ ਨਾਲ ਸ਼ਰਤਾਂ ਸਹਿਤ ਮਦਦ ਦਿੱਤੀ ਜਾਵੇ ਬਿਨਾਂ ਸ਼ਰਤਾਂ ਤੋਂ ਉੱਕੀ ਪੁੱਕੀ ਜਿਹੜੀ ਮਦਦ ਦਿੰਦੇ ਰਹੇ ਉਹਦਾ ਫਾਇਦਾ ਨਹੀਂ ਹੋਇਆ ਉਹ ਮਦਦ ਰੋਕ ਦਿੱਤੀ ਜਾਵੇ ਪਾਕਿਸਤਾਨ ਇਸ ਗੱਲ ਤੇ ਕਾਫ਼ੀ ਨਾਰਾਜ਼ ਹੋਇਆ ਕਿ ਵੇਖੋ ਜੀ ਸਾਡੀ ਸਾਰੀ ਉਮਰ ਦੀ ਸਾਂਝ ਸੀ ਜਦੋਂ ਤੋਂ ਪਾਕਿਸਤਾਨ ਬਣਿਆ ਅਸੀਂ ਅਮਰੀਕਾ ਦੇ ਨਾਲ ਡਟੇ ਰਹੇ ਅਮਰੀਕਾ ਨੇ ਸਾਡੇ ਨਾਲ ਚੰਗੀ ਨਹੀਂ ਕੀਤੀ ਪਰ ਅਮਰੀਕਾ ਵਾਲਿਆਂ ਨੇ ਪਹਿਲੀ ਵਾਰ ਹੈ ਕਿ ਉਹਦੀ ਪਰਵਾਹ ਨਹੀਂ ਕੀਤੀ ਕਿੱਦਾਂ ਲੱਗਦਾ ਜਿਵੇਂ ਡੋਨਲਡ ਟਰੰਪ ਜਿਹੜਾ ਅਮਰੀਕਾ ਦਾ ਨਵਾਂ ਰਾਸ਼ਟਰਪਤੀ ਆ ਉਹ ਪਾਕਿਸਤਾਨ ਨੂੰ ਅੱਗੇ ਇੱਕ ਦੋ ਝਟਕੇ ਦੇ ਚੁੱਕਾ ਤੇ ਹੁਣ ਕੋਈ ਨਵਾਂ ਝਟਕਾ ਦੇਣ ਦੇ ਮੂਡ ਚ ਹੈ ਜੇ ਉਹਦੀ ਆਪਣੀ ਸਹਿਮਤੀ ਨਾ ਹੁੰਦੀ ਤੇ ਬਿੱਲ ਉੱਥੇ ਪਾਕਿਸਤਾਨ ਦੇ ਖਿਲਾਫ਼ ਪਾਸ ਨਹੀਂ ਸੀ ਹੋਣਾ ਵੱਡੀ ਗੱਲ ਇਹ ਨਹੀਂ ਕਿ ਭਾਰਤ ਦੇ ਪੱਖ ਵਿਚ ਇੱਕ ਬਿੱਲ ਪਾਸ ਹੋ ਗਿਆ ਵੱਡੀ ਇਹ ਹੈ ਕਿ ਪਾਕਿਸਤਾਨ ਦੇ ਖਿਲਾਫ਼ ਉਹ ਬਿੱਲ ਪਾਸ ਹੋ ਗਿਆ ਜਿਹੜਾ ਡੋਨਲਡ ਟਰੰਪ ਤੇ ਉਹਦੀ ਪਾਰਟੀ ਬੜੇ ਚਿਰ ਦੇ ਚਾਹੁੰਦੇ ਸੀ ਕਿ ਪਾਬੰਦੀਆਂ ਲੱਗਣੀਆਂ ਚਾਹੀਦੀਆਂ ਇਸ ਕਰਕੇ ਇਹਦੀ ਇੰਪੋਰਟੈਂਸ ਬਹੁਤ ਵੱਧ ਜਾਂਦੀ ਹੈ ਜੀ। ਪੰਨੂ ਸਾਹਿਬ ਅਗਲੀ ਗੱਲ ਦੇ ਵੱਲੋਂ ਵੱਧਦੇ ਹਾਂ ਜੀ। ਰਾਸ਼ਟਰਪਤੀ ਦੀ ਚੋਣ ਹੋਈ ਹੈ, ਵੋਟਾਂ ਪੈ ਚੁੱਕੀਆਂ, ਹਜੇ ਨਤੀਜੇ ਆਉਣੇ ਤਾਂ ਬਾਕੀ ਨੇ, ਕਿੱਧਰ ਨੂੰ ਜਾਊਗੀ ਗੱਲ? ਰਾਸ਼ਟਰਪਤੀ ਚੋਣ ਤਾਂ ਵੇਖੋ ਬੜੀ ਸਾਫ਼ ਹੀ ਹੈ ਕਿ ਉਹ ਜਿਹੜਾ ਰੂਲਿੰਗ ਫਰੰਟ ਦਾ ਉਮੀਦਵਾਰ ਹੈ ਰਾਮਨਾਥ ਕੋਵਿੰਦ ਉਹਨੇ ਜਿੱਤ ਜਾਣੀ, ਉਹਨਾਂ ਕੋਲ ਵੋਟਾਂ ਬਹੁਤ ਜ਼ਿਆਦੀਆਂ ਨੇ। ਕਾਂਗਰਸ ਪਾਰਟੀ ਨੇ ਤੇ ਵਿਰੋਧੀ ਧਿਰਾਂ ਨੇ ਰਲ ਕੇ ਜਿਹੜੀ ਬੀਬੀ ਖੜੀ ਕੀਤੀ ਮੀਰਾ ਕੁਮਾਰ, ਇਹ ਇੱਕ ਸਿੰਬੋਲਿਕ ਲੜਾਈ ਪ੍ਰਤੀਕ ਦੇ ਤੌਰ ਤੇ ਲੜਾਈ ਲੜ ਰਹੀ ਹੈ। ਉਹਨੂੰ ਵੀ ਪਤਾ ਮੈਂ ਜਿੱਤਣਾ ਨੀ, ਪਹਿਲਾਂ ਹੀ ਪਤਾ ਮੈਂ ਹਾਰੀ ਪਈ ਹਾਂ। ਇਹਦੇ ਬਾਵਜੂਦ ਇਹਨੇ ਵੀ ਸਭ ਥਾਵਾਂ ਦੇ ਉੱਤੇ ਜਾ ਕੇ ਕੰਪੇਨ ਕੀਤੀ, ਆਪਣੇ ਵੇਲੇ ਜ਼ੋਰ ਲਾਇਆ, ਉਹਨਾਂ ਨੂੰ ਜ਼ੋਰ ਲਾਉਣ ਦੀ ਲੋੜ ਨਹੀਂ ਸੀ ਫਿਰ ਵੀ ਉਹਨਾਂ ਨੇ ਲਾਇਆ, ਇੱਕ ਇੱਕ ਵੋਟ ਗਿਣ ਗਿਣ ਕੇ ਉਹਨਾਂ ਨੇ ਜ਼ੋਰ ਲਾਇਆ। ਇਸ ਕਰਕੇ ਲਾਇਆ ਕਿ ਇਹਨਾਂ ਵੋਟਾਂ ਦੇ ਨਾਲ ਉਹ ਸਮਝਦੇ ਆ ਕਿ ਕੋਈ ਕਿਸੇ ਕਿਸਮ ਦੀ ਕਸਰ ਰਹਿ ਨਾ ਜਾਵੇ, ਔਰ ਦੂਸਰਾ ਇਹ ਕਿ ਵੱਧ ਤੋਂ ਵੱਧ ਮਾਰਜਨ ਨਾਲ ਅਸੀਂ ਆਪਣਾ ਉਮੀਦਵਾਰ ਜਿਤਾਈਏ ਤਾਂ ਕਿ ਆਪੋਜੀਸ਼ਨ ਨੂੰ ਠਿੱਠ ਕਰ ਸਕੀਏ। ਉਦਾਂ ਇੱਕ ਦੋ ਗੱਲਾਂ ਇਹਦੇ ਚ ਬੜੀਆਂ ਇੰਟਰਸਟਿੰਗ ਹੋ ਗਈਆਂ। ਇੱਕ ਤਾਂ ਇਹ ਕਿ ਆਮ ਆਦਮੀ ਪਾਰਟੀ ਚ ਇਹਦੇ ਸਵਾਲ ਤੇ ਪਾਟਕ ਪੈ ਗਿਆ ਜੀ। ਪਾਰਟੀ ਇਹ ਚਾਹੁੰਦੀ ਸੀ ਕਿ ਬੀਜੇਪੀ ਦੇ ਨਾਲ ਬਿਲਕੁਲ ਨਾ ਖਲੋਤਾ ਜਾਵੇ, ਇਸ ਕਰਕੇ ਇਹਨਾਂ ਨੇ ਫੈਸਲਾ ਕਰ ਲਿਆ ਕਿ ਅਸੀਂ ਕਾਂਗਰਸ ਦੇ ਨਾਲ ਤਾਂ ਜਾਣਾ ਨੀ, ਕਾਂਗਰਸ ਤੋਂ ਬਾਹਰ ਰਹਿ ਕੇ ਮੀਰਾ ਕੁਮਾਰ ਦੀ ਸਿੱਧੀ ਮਦਦ ਕਰ ਦਿਆਂਗੇ ਤਾਂ ਕਿ ਬੀਜੇਪੀ ਦਾ ਸਿੰਬੋਲਿਕ ਵਿਰੋਧ ਹੋ ਜਾਵੇ। ਐਸ ਫੁਲਕੇ ਨੇ ਆਖਿਆ ਜੀ ਜਿਹੜੀ ਕਾਂਗਰਸ ਪਾਰਟੀ ਦੀ ਲੀਡਰ ਹੈ ਮੈਂ ਤੁਹਾਨੂੰ ਵੋਟ ਨਹੀਂ ਪਾ ਸਕਦਾ, ਮੈਂ ਤਾਂ 1984 ਦੇ ਦੰਗਿਆਂ ਦੇ ਕੇਸ ਲੜਦਾ ਪਿਆ, ਇਸ ਹਾਲਤ ਵਿਚ ਮੈਂ ਕਿਸੇ ਕਾਂਗਰਸੀ ਨੂੰ ਵੋਟ ਨਾ ਪਾਈ ਨਾ ਪਾ ਸਕਦਾ, ਮੇਰੇ ਤੋਂ ਵੀ ਆਸ ਨਾ ਰੱਖਿਓ, ਕੁਝ ਹੋਰ ਨਾ ਨਿਵੇਂ ਇਤਰਾਜ ਕਰਦਾ। ਉਧਰ ਜਿਹੜੀ ਤ੍ਰਿਣਮੂਲ ਕਾਂਗਰਸ ਵਾਲੀ ਮਮਤਾ ਬੈਨਰਜੀ ਹੈ ਉਹਦੀ ਪਾਰਟੀ ਵੀ ਦੋ ਥਾਈ ਪਾਟ ਗਈ, ਇੱਕ ਧੜੇ ਨੇ ਆਖਿਆ ਜੀ ਮੀਰਾ ਕੁਮਾਰ ਦੀ ਮਦਦ ਕਰਨੀ ਚਾਹੀਦੀ ਤੇ ਇੱਕ ਨੇ ਆਖਿਆ ਕਿ ਜੇ ਮੀਰਾ ਕੁਮਾਰ ਦੀ ਮਦਦ ਹੀ ਕਰਨੀ ਸੀ ਤੇ ਫਿਰ ਸੋਨੀਆ ਗਾਂਧੀ ਨਾਲ ਪਹਿਲਾਂ ਸਾਂਝ ਰੱਖ ਲੈਣੀ ਸੀ, ਪਿਛਲੀਆਂ ਚੋਣਾਂ ਅਸੀਂ ਰਲ ਕੇ ਲੜੀਆਂ ਸੀ, ਮੁੜ ਕੇ ਕਾਂਗਰਸ ਨੇ ਸਾਡੇ ਨਾਲ ਧੋਖਾ ਕੀਤਾ ਤੇ ਹੁਣ ਉਸੇ ਕਾਂਗਰਸ ਦੇ ਕੈਂਡੀਡੇਟ ਮੀਰਾ ਕੁਮਾਰ ਨੂੰ ਵੋਟਾਂ ਪਾਈਏ ਸਾਡੇ ਤੋਂ ਨੀ ਪਾਈਆਂ ਜਾਣੀਆਂ, ਉਹਦੇ ਵਿਚ ਵੀ ਪਾਟਕ ਪੈ ਗਿਆ। ਇੱਕ ਮੱਧ ਪ੍ਰਦੇਸ਼ ਦਾ ਮੰਤਰੀ ਹੈ ਉਹਦੇ ਉੱਤੇ ਦੋਸ਼ ਲੱਗਾ ਸੀ ਕਿ ਉਹਨੇ ਚੋਣਾਂ ਚ ਪੇਡ ਨਿਊਜ਼ ਲਵਾਈ ਹੈ, ਉਸ ਕੇਸ ਚ ਉਹਨੂੰ ਸਜ਼ਾ ਹੋ ਗਈ, ਸਜ਼ਾ ਹੋਣ ਦੇ ਬਾਵਜੂਦ ਜ਼ਮਾਨਤ ਕਰਵਾ ਕੇ ਤੇ ਉਹ ਮੰਤਰੀ ਬਣਿਆ ਹੋਇਆ ਅਜੇ ਤੱਕ। ਉਹਨੇ ਬੜੀ ਕੋਸ਼ਿਸ਼ ਕੀਤੀ ਸੀ ਕਿ ਮੈਨੂੰ ਰਾਸ਼ਟਰਪਤੀ ਚੋਣ ਚ ਵੋਟ ਪਾਉਣ ਦਾ ਹੱਕ ਮਿਲ ਜੇ, ਹਾਈ ਕੋਰਟ ਤੱਕ ਉਹਨੇ ਜ਼ੋਰ ਲਾ ਕੇ ਵੇਖ ਲਿਆ, ਉਹਨੂੰ ਵੋਟ ਪਾਉਣ ਦਾ ਹੱਕ ਨਹੀਂ ਮਿਲਿਆ ਤੇ ਚੰਗਾ ਹੋਇਆ ਕਿ ਨਹੀਂ ਮਿਲਿਆ। ਜਿਹੜੀ ਆਖਰੀ ਗੱਲ ਦਿਲਚਸਪੀ ਵਾਲੀ ਉਹ ਸਾਡੇ ਪੰਜਾਬ ਦੇ ਵਿੱਚੋਂ ਆ, ਪਰਮਿੰਦਰ ਸਿੰਘ ਢੀਂਡਸਾ ਦੀ ਵੋਟ ਕੈਂਸਲ ਹੋ ਗਈ ਆ ਸਾਬਕਾ ਖਜ਼ਾਨਾ ਮੰਤਰੀ ਦੀ। ਉਹਦਾ ਕਾਰਨ ਇਹ ਹੈ ਕਿ ਜਦੋਂ ਉਹ ਲੱਗਾ ਵੋਟ ਪਾਉਣ ਤੇ ਉਹਦੇ ਪੈਨ ਤੋਂ ਨਿਸ਼ਾਨ ਲੱਗ ਗਿਆ ਮੀਰਾ ਕੁਮਾਰ ਜਿਹੜੀ ਕਾਂਗਰਸ ਵਾਲੇ ਕੈਂਡੀਡੇਟ ਆ ਉਹਦੇ ਪਾਸੇ, ਉਹਨੇ ਜਾ ਕੇ ਟਰਨਿੰਗ ਅਫਸਰ ਨੂੰ ਆਖਿਆ, ਕਹਿੰਦਾ ਜੀ ਮੇਰੇ ਹੱਥ ਚ ਪੈਨ ਡਿੱਗ ਗਿਆ ਸੀ
ਤੇ ਉਹ ਡਿੱਗਾ ਵੀ ਸਿੱਧਾ ਜਾ ਕੇ ਉਸ ਪਾਸੇ ਜਿੱਧਰ ਵਿਰੋਧੀ ਧਿਰ ਦਾ ਕੈਂਡੀਡੇਟ ਹੈ ਤੇ ਮੈਂ ਤੁਹਾਨੂੰ ਵੋਟ ਪਾਉਣੀ ਨਹੀਂ ਤੇ ਮੇਰੀ ਵੋਟ ਖਰਾਬ ਹੁੰਦੀ ਹੈ ਮੈਨੂੰ ਨਵਾਂ ਬੈਲਟ ਪੇਪਰ ਇਸ਼ੂ ਕੀਤਾ ਜਾਵੇ ਤੇ ਉੱਥੇ ਬੈਠੇ ਰਿਟਰਨਿੰਗ ਅਫਸਰ ਨੇ ਰਿਟਰਨਿੰਗ ਅਫਸਰ ਤੇ ਅਸਲ ਚ ਪਾਰਲੀਮੈਂਟ ਚ ਇੱਥੇ ਸਟੇਟਸ ਵਿਚ ਅਸਿਸਟੈਂਟ ਰਿਟਰਨਿੰਗ ਅਫਸਰ ਹੁੰਦੇ ARO ਉਹਨੇ ARO ਨੇ ਆਖਿਆ ਕਿ ਇਹੋ ਜਿਹੇ ਸਾਡੇ ਇਸ ਇਲੈਕਸ਼ਨ ਪ੍ਰੋਸੈਸ ਤੇ ਕੋਈ ਪ੍ਰੋਵੀਜ਼ਨ ਹੈ ਹੀ ਨਹੀਂ ਕੋਈ ਇਹੋ ਜਿਹਾ ਪ੍ਰਬੰਧ ਹੀ ਹੈ ਨਹੀਂ ਕਿਸੇ ਨੂੰ ਡੁਪਲੀਕੇਟ ਵੋਟ ਦਿੱਤੀ ਜਾ ਸਕੇ ਤੇਰਾ ਬੈਲਟ ਖਰਾਬ ਬੈਲਟ ਪੇਪਰ ਖਰਾਬ ਹੋ ਗਿਆ ਤੇ ਹੋ ਗਿਆ ਤੇ ਸਾਡੀ ਜਿੰਮੇਵਾਰੀ ਬਿਲਕੁਲ ਨਹੀਂ ਤੈਨੂੰ ਨਵਾਂ ਨਹੀਂ ਇਸ਼ੂ ਹੋ ਸਕਦਾ ਉਹਦਾ ਜਿਹੜੀ ਵੋਟ ਸੀ ਉਹ ਰੱਦ ਹੋ ਗਈ ਇੱਕ ਵੋਟ ਹੋਰ ਰੱਦ ਹੋਈ ਹੈ ਉਹ ਸਿਮਰਜੀਤ ਸਿੰਘ ਬੈਂਸ ਦੀ ਹੈ ਲੋਕ ਇਨਸਾਫ਼ ਪਾਰਟੀ ਵਾਲੇ ਦੀ ਉਹਦੀ ਵੋਟ ਰੱਦ ਹੋਣ ਦਾ ਕਾਰਨ ਇਹ ਹੈ ਕਿ ਉਹਨੇ ਵੋਟ ਨਿਸ਼ਾਨ ਲਾ ਲਿਆ ਤੇ ਫੇਰ ਲਿਆ ਕੇ ਤੇ ਰਿਟਰਨਿੰਗ ਅਫਸਰ ਦੇ ਸਾਹਮਣੇ ਓਦਾਂ ਹੀ ਖੁੱਲਾ ਵਿਖਾ ਦਿੱਤਾ ਕਿ ਮੈਂ ਇੱਥੇ ਲਾਇਆ ਕਿਉਂਕਿ ਵੋਟ ਸੀਕ੍ਰੇਟ ਹੁੰਦੀ ਹੈ ਕੋਈ ਵੀ ਕਿਸੇ ਨੂੰ ਵਿਖਾ ਨਹੀਂ ਸਕਦਾ ਉਹਨੇ ਵਿਖਾਉਣ ਦੀ ਗਲਤੀ ਕੀਤੀ ਹੈ ਇਸ ਕਰਕੇ ਉਹਦੀ ਵੋਟ ਵੀ ਰੱਦ ਹੋ ਗਈ ਇਹ ਦੋ ਵੋਟਾਂ ਪੰਜਾਬ ਚੋਂ ਰੱਦ ਹੋਈਆਂ ਨੇ ਕੁਝ ਦੂਜੇ ਸੂਬਿਆਂ ਚੋਂ ਵੀ ਰੱਦ ਹੋਈਆਂ ਹੋਣਗੀਆਂ ਪਰ ਅਜੇ ਸਾਨੂੰ ਸਿਰਫ ਪੰਜਾਬ ਦਾ ਪਤਾ ਬਾਕੀ ਕੱਲ ਤੱਕ ਪਤਾ ਲੱਗੇਗਾ ਰਹਿ ਗਈ ਗੱਲ ਨਤੀਜੇ ਦੀ ਉਹ ਮੈਂ ਫਿਰ ਇੱਕ ਵਾਰੀ ਦੱਸ ਦਿਆਂ ਕਿ ਨਤੀਜਾ ਹੁਣ ਅਜੇ ਘੜੀਕ ਨੂੰ ਆਜੇ ਦਿਨ ਚੜ੍ਹਦੇ ਨੂੰ ਆਜੇ ਉਹ ਰਾਮਨਾਥ ਕੋਵਿੰਦ ਜਿਹੜਾ ਬੀਜੇਪੀ ਦਾ ਕੈਂਡੀਡੇਟ ਹੈ ਉਹਨੇ ਬੜੇ ਆਰਾਮ ਨਾਲ ਜਿੱਤਿਆ ਜੀ ਦੇਸ਼ ਦੇ ਵਿਚ ਗਊ ਹੱਤਿਆ ਦੇ ਨਾਂ ਦੇ ਉੱਤੇ ਬੜਾ ਕੁਛ ਹੋ ਰਿਹਾ ਜੀ ਔਰ ਗਊ ਰੱਖਿਅਕ ਹੈ ਜਿਹੜੇ ਉਹ ਨਿਰਦੋਸ਼ਾਂ ਨੂੰ ਘੇਰ ਰਹੇ ਨੇ ਜਾਂ ਦੋਸ਼ੀ ਬਣਾ ਰਹੇ ਨੇ ਸਰਵ ਪਾਰਟੀ ਮੀਟਿੰਗ ਹੁੰਦੀ ਹੈ ਤੇ ਮੀਟਿੰਗ ਦੇ ਵਿਚ ਨਰਿੰਦਰ ਮੋਦੀ ਹੋ ਰਿਹਾ ਜਿਹੜੇ ਫੇਰ ਸਖ਼ਤ ਰੁੱਖ ਅਖਤਿਆਰ ਕਰਦੇ ਨੇ ਪਨੂ ਸਾਹਿਬ ਇਹ ਅਕਸਰ ਹੀ ਹੁੰਦਾ ਅਖੀਰ ਜੇ ਤੇ ਜਾ ਕੇ ਜ਼ਰੂਰ ਸਟੈਂਡ ਲੈਂਦੇ ਨੇ ਪ੍ਰਧਾਨ ਮੰਤਰੀ ਉਹ ਵਿਖਾਵੇ ਦਾ ਸਟੈਂਡ ਪ੍ਰਧਾਨ ਮੰਤਰੀ ਸਾਹਿਬ ਨੂੰ ਖੁੱਲ ਕੇ ਜਾਂ ਤਾਂ ਕੁਛ ਕਰਨਾ ਚਾਹੀਦਾ ਇੱਕ ਵਾਰੀ ਮਨ ਕੀ ਬਾਤ ਚ ਕਹਿ ਤਾ ਕਿ ਇਹ ਗਊ ਰੱਖਿਆ ਦੇ ਨਾਂ ਤੇ ਗੁੰਡਾਗਰਦੀ ਹੋ ਰਹੀ ਹੈ ਇੱਕ ਵਾਰੀ ਗੁਜਰਾਤ ਗਏ ਤੇ ਮਹਾਤਮਾ ਗਾਂਧੀ ਦੇ ਆਸ਼ਰਮ ਵਿਚ ਜਾਣਾ ਸੀ ਤੇ ਉਦਨ ਉੱਥੇ ਜਾ ਕੇ ਕਹਿ ਤਾ ਕਿ ਗੁੰਡਾਗਰਦੀ ਨਹੀਂ ਹੋਣ ਦੇਣੀ ਚਾਹੀਦੀ ਗਊ ਰੱਖਿਆ ਗਾਂ ਦੀ ਪੂਜਾ ਅਸੀਂ ਵੀ ਕਰਦੇ ਹਾਂ ਪਰ ਗਊ ਰੱਖਿਆ ਦੇ ਨਾਂ ਤੇ ਜੋ ਕੁਝ ਕਰਦੇ ਪਏ ਗਲਤ ਹੈ ਹੁਣ ਕੱਲ ਉਹਨੇ ਸਰਵ ਪਾਰਟੀ ਮੀਟਿੰਗ ਵਿਚ ਵੀ ਇਹੋ ਗੱਲ ਕਹਿਤੀ ਕਿ ਗਊ ਰੱਖਿਆ ਦੇ ਨਾਂ ਦੇ ਜਿਸ ਤਰ੍ਹਾਂ ਲੋਕਾਂ ਨੂੰ ਕੁੱਟਿਆ ਮਾਰਿਆ ਜਾ ਰਿਹਾ ਜਿਵੇਂ ਹਮਲੇ ਕੀਤੇ ਜਾ ਰਹੇ ਗੁੰਡਾਗਰਦੀ ਹੈ ਇਹਨੂੰ ਸਾਰੀਆਂ ਸਟੇਟਸ ਦੇ ਲੀਡਰ ਆਪੋ ਆਪਣੀ ਸਟੇਟ ਵਿਚ ਰੋਕਣ ਉਹ ਰੋਕਣ ਪਰ ਮੈਨੂੰ ਕੁਛ ਰੋਕਣ ਦੀ ਲੋੜ ਨਹੀਂ ਅਸਲੀਅਤ ਇਹ ਹੈ ਕਿ ਪ੍ਰਧਾਨ ਮੰਤਰੀ ਅੱਧੇ ਮਨੋ ਇਹੋ ਜਿਹੀਆਂ ਅਪੀਲਾਂ ਕਰ ਰਿਹਾ ਜੇ ਅੱਧੇ ਮਨੋ ਨਾ ਹੋਵੇ ਤੇ ਪ੍ਰਧਾਨ ਮੰਤਰੀ ਜੇ ਦਿਲੋਂ ਕਰਦਾ ਹੋਵੇ ਤੇ ਘੱਟੋ ਘੱਟ ਉਹਦੀਆਂ ਆਪਣੀਆਂ ਸਟੇਟਸ ਜਿੱਥੇ ਬੀਜੇਪੀ ਦਾ ਰਾਜ ਹੈ ਉਹਨਾਂ ਦੇ ਵਿਚ ਤਾਂ ਰੁਕ ਜਾਣਾ ਚਾਹੀਦਾ ਸੀ ਉਹਨੂੰ ਇਹ ਕੰਮ ਇੱਕ ਥਾਂ ਦੇ ਉੱਤੇ ਮਰੀ ਗਾਂ ਲੈ ਕੇ ਤੁਰੇ ਆਉਂਦੇ ਸੀ ਦਲਿਤ ਮੁੰਡੇ ਉਹ ਜਿਹੜੇ ਦਲਿਤ ਸਨ ਉਹਨਾਂ ਨੂੰ ਫੜ ਕੇ ਕੁੱਟ ਕੁੱਟ ਕੇ ਜ਼ਮੀਨ ਤੇ ਵਿਛਾ ਦਿੱਤਾ ਗਿਆ ਗੁਜਰਾਤ ਦੀ ਘਟਨਾ ਸੀ ਉਹ ਆਖਿਆ ਜੀ ਇਹਨਾਂ ਨੇ ਗਾਂ ਮਾਰਤੀ ਔਰ ਕਿਸਾਨਾਂ ਨੇ ਆ ਕੇ ਦੱਸਿਆ ਕਿ ਇਹਨਾਂ ਨਹੀਂ ਮਾਰੀ ਸ਼ੇਰ ਨੇ ਮਾਰੀ ਸੀ ਅਸੀਂ ਤਾਂ ਮਰੀ ਹੋਈ ਗਾਂ ਇਹਨਾਂ ਵਿਚਾਰਿਆਂ ਨੂੰ ਚੁਕਾਈ ਹੈ ਤੁਸੀਂ ਕਿਉਂ ਕੁੱਟਤੇ ਹੁਣ ਬੀਜੇਪੀ ਚ ਇਹਦੀ ਸਟੇਟ ਦੇ ਵਿਚ ਹੁੰਦਿਆਂ ਉਹ ਸਟੇਟ ਦੇ ਵਿਚ ਬੀਜੇਪੀ ਦਾ ਰਾਜ ਹੁੰਦਿਆਂ ਵੀ ਇਹ ਕਿੱਦਾਂ ਵਾਪਰ ਗਿਆ ਫਿਰ ਉਸ ਤੋਂ ਬਾਅਦ ਹਰਿਆਣੇ ਦਾ ਇੱਕ ਕਾਰੋਬਾਰੀ ਪਹਿਲੂ ਖਾਨ ਉੱਥੇ ਗਿਆ ਰਾਜਸਥਾਨ ਚ ਜਿੱਥੋਂ ਗਿਆ ਹਰਿਆਣੇ ਚ ਉੱਥੇ ਵੀ ਬੀਜੇਪੀ ਦਾ ਰਾਜ ਜਿੱਥੇ ਗਿਆ ਰਾਜਸਥਾਨ ਚ ਉੱਥੇ ਵੀ ਬੀਜੇਪੀ ਦਾ ਰਾਜ ਤੇ ਇਹਦੇ ਬਾਵਜੂਦ ਉਸ ਬੰਦੇ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ ਗਿਆ ਕਹਿੰਦੇ ਜੀ ਗਾਂ ਲੈ ਕੇ ਜਾਂਦੇ ਸੀ ਗਾਵਾਂ ਵੇਚਦੇ ਆ ਮਾਸ ਵੇਚਦੇ ਆ ਆਂਧਰਾ ਨੂੰ ਰਾਜਸਥਾਨ ਚ ਕੁੱਟਿਆ ਗਿਆ ਸਾਰੇ ਸਰਕਾਰੀ ਅਫਸਰ ਸੀ ਤੇ ਆਂਧਰਾ ਪ੍ਰਦੇਸ਼ ਸਰਕਾਰ ਨੇ ਦੁੱਧ ਵਾਲੀਆਂ ਚੰਗੀ ਨਸਲ ਦੀਆਂ ਗਾਵਾਂ ਲੈਣ ਭੇਜੇ ਸਨ ਦੋ ਦਿਨ ਪਹਿਲਾਂ ਮਹਾਰਾਸ਼ਟਰ ਦੇ ਵਿਚ ਇੱਕ ਬੰਦਾ ਕੁੱਟ ਕੁੱਟ ਕੇ ਤੇ ਐਨ ਨਸਲ ਕਰ ਦਿੱਤਾ ਗਿਆ ਅਜੇ ਤੱਕ ਹਸਪਤਾਲ ਹੋ ਪਿਆ ਉੱਥੇ ਵੀ ਬੀਜੇਪੀ ਦੀ ਸਰਕਾਰ ਆ ਕਹਿੰਦੇ ਜੀ ਇਹ ਗਊ ਮਾਸ ਲਈ ਜਾਂਦਾ ਸੀ ਹੁਣ ਦੋ ਦਿਨਾਂ ਦੇ ਅੰਦਰ ਅੰਦਰ ਰਿਪੋਰਟ ਵੀ ਆ ਗਈ ਹੈ ਕਹਿੰਦੇ ਜੀ ਉਹ ਲੈਬੋਰਟਰੀ ਚ ਸਾਬਤ ਹੋ ਗਿਆ ਕਿ ਗਊ ਮਾਸ ਇਹ ਸਾਬਤ ਹੋ ਗਿਆ ਬੜੀ ਗੱਲ ਬੜੀ ਚੰਦਰੀ ਹੈ ਸਾਬਤ ਤਾਂ ਹੋਵੇ ਜੇ ਉਹਦਾ ਕੋਈ ਸੈਂਪਲ ਭਰਿਆ ਹੋਵੇ ਸੈਂਪਲ ਭਰਨ ਦਾ ਇੱਕ ਕੋਈ ਸੈੱਟ ਪ੍ਰੋਸੀਜਰ ਹੈ ਕੋਈ ਵੈਟਰਨਰੀ ਡਾਕਟਰ ਕੋਈ ਦੂਸਰਾ ਡਾਕਟਰ ਕੋਈ ਸਰਕਾਰੀ ਅਧਿਕਾਰੀ ਆ ਕੇ ਸੈਂਪਲ ਭਰਦਾ ਇਹ ਥੋੜਾ ਉੱਥੋਂ ਤੁਰੇ ਜਾਂਦੇ ਚਾਰ ਬੰਦੇ ਕਿਸੇ ਨੂੰ ਕੁੱਟ ਕੇ ਤੇ ਮੁੜ ਕੇ ਕਿਸੇ ਥਾਂ ਤੋਂ ਮਾਸ ਲਿਆ ਕੇ ਕਹਿਣ ਜੀ ਅਸੀਂ ਉਹਦਾ ਸੈਂਪਲ ਲੈ ਆਏ ਜਿਹੜਾ ਸੈਂਪਲ ਲਿਆਏ ਆ ਇਹ ਮਾਸ ਉਸ ਬੰਦੇ ਤੋਂ ਫੜਿਆ ਗਿਆ ਕਿ ਬਾਹਰੋਂ ਲਿਆ ਕੇ ਤੁਸੀਂ ਕਿਤੋਂ ਸੈਂਪਲ ਬਣਾ ਦਿੱਤਾ ਇਹਦੀ ਕੀ ਗਰੰਟੀ ਇਹਨਾਂ ਮਾਮਲਿਆਂ ਦੇ ਵਿਚ ਪ੍ਰਧਾਨ ਮੰਤਰੀ ਕਦੇ ਵੀ ਬਹੁਤੀ ਸਖ਼ਤੀ ਨਹੀਂ ਵਿਖਾਉਂਦਾ ਵਿਖਾਉਣੀ ਚਾਹੀਦੀ ਜੀ ਹੁਣ ਇਹ ਕਹਿਤਾ ਕਿ ਜਿਹੜਾ ਬੰਦਾ ਉਸ ਦਿਨ ਕੁੱਟਿਆ ਗਿਆ ਨਾਲੇ ਤਾਂ ਉਹਨੂੰ ਵਿਚਾਰ ਨੂੰ ਕੁੱਟ ਪੈ ਗਈ ਨਾਲੇ ਉਹਦੇ ਉੱਤੇ ਗਊ ਮਾਸ ਦਾ ਕੇਸ ਪਾਤਾ ਕਿ ਗਾਂ ਦਾ ਮਾਸ ਲਈ ਜਾਂਦਾ ਸੀ ਪਰ ਜਿਨ੍ਹਾਂ ਨੇ ਕੁੱਟਿਆ ਉਹਨਾਂ ਦੇ ਖਿਲਾਫ਼ ਇਹ ਕੇਸ ਕਿਉਂ ਨੀ ਬਣਦਾ ਕਿ ਤੁਹਾਨੂੰ ਇਹ ਸ਼ੱਕ ਸੀਗਾ ਕਿ ਇਹਦੇ ਕੋਲ ਗਾਂ ਮਾਸ ਹੈ ਤੇ ਤੁਸੀਂ ਇਹਨੂੰ ਰੋਕ ਲੈਂਦੇ ਤੇ ਸਰਕਾਰੀ ਅਫਸਰਾਂ ਨੂੰ ਕਹਿੰਦੇ ਪੁਲਿਸ ਨੂੰ ਕਹਿੰਦੇ ਜੀ ਆ ਕੇ ਚੈੱਕ ਕਰੋ ਸਾਨੂੰ ਆ ਸ਼ੱਕ ਹੈ
ਉਹ ਚੈੱਕ ਕਰਨ ਵਾਸਤੇ ਵੀ ਇਸ ਤਰ੍ਹਾਂ ਦੀ ਘੇਰਾਬੰਦੀ ਕਰ ਸਕਦੇ ਸੀ। ਉਹਨਾਂ ਨੇ ਉਸ ਬੰਦੇ ਨੂੰ ਕੱਟਿਆ ਕੁੱਟਿਆ ਕਿਉਂ? ਕਾਨੂੰਨ ਆਪਣੇ ਹੱਥ ਚ ਕਿੱਦਾਂ ਉਹ ਲੈਂਦੇ ਆ? ਪ੍ਰਧਾਨ ਮੰਤਰੀ ਸਾਹਿਬ ਇਹਦੇ ਬਾਰੇ ਕੁਛ ਨੀ ਕਹਿੰਦੇ। ਦਿੱਲੀ ਦੇ ਵਿੱਚ ਪੁਲਿਸ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਦੀ ਮਰਜ਼ੀ ਨਾਲ ਚੱਲਦੀ ਹੈ, ਕਿਉਂਕਿ ਦਿੱਲੀ ਸਰਕਾਰ ਦੀ ਮਰਜ਼ੀ ਨਹੀਂ ਚੱਲਦੀ। ਦਿੱਲੀ ਦੀ ਪੁਲਿਸ ਦਿੱਲੀ ਸਰਕਾਰ ਤੋਂ ਆਜ਼ਾਦ ਹੈ ਤੇ ਸਿੱਧੇ ਤੌਰ ਤੇ ਹੋਮ ਮਿਨਿਸਟਰੀ ਦੇ ਅੰਡਰ ਹੈ। ਉੱਥੋਂ ਦੀ ਪੁਲਿਸ ਇੱਕ ਦਿਨ ਕੇਰਲਾ ਦਾ ਜਿਹੜਾ ਕੇਰਲਾ ਭਵਨ ਹੈ ਦਿੱਲੀ ਚ, ਉੱਥੇ ਸਾਰੀਆਂ ਸਰਕਾਰਾਂ ਰਾਜ ਸਰਕਾਰਾਂ ਦਾ ਇੱਕ ਇੱਕ ਭਵਨ ਹੁੰਦਾ, ਕੇਰਲਾ ਵਾਲਿਆਂ ਦਾ ਜਿਹੜਾ ਕੇਰਲਾ ਭਵਨ ਹੈ ਉਹਦੇ ਵਿੱਚ ਉਹ ਜਿਹੜੀ ਮਤਲਬ ਪੁਲਿਸ ਹੈ ਜਾ ਵੜੀ ਤੇ ਆਖਿਆ ਏ ਕਿ ਤੁਹਾਡੀ ਇੱਥੇ ਜਿਹੜੀ ਕੰਟੀਨ ਆ, ਜਿੱਥੇ ਤੁਹਾਡੀ ਮੈਸ ਹੈ, ਜਿੱਥੇ ਲੋਕ ਖਾਣਾ ਖਾਂਦੇ ਆ, ਉਹ ਚ ਗਾਂ ਦਾ ਮਾਸ ਬਣਦਾ। ਜਾ ਕੇ ਉਹਨਾਂ ਨੇ ਮੈਨਿਊ ਚੁੱਕ ਲਿਆ, ਮੈਨਿਊ ਦੇ ਉੱਤੇ ਬੀਫ ਲਿਖਿਆ ਸੀ। ਰੌਲਾ ਪਾ ਸਾਹਿਬ ਵੇਖੋ ਜੀ ਬੀਫ ਲਿਖਿਆ, ਉਹ ਕਹਿੰਦੇ ਬੀਫ ਮੱਝ ਵੀ ਹੁੰਦੀ ਹੈ, ਅਸੀਂ ਸਿਰਫ ਮੱਝ ਦਾ ਮੀਟ ਬਣਾਉਂਦੇ, ਗਾਂ ਦਾ ਅਸੀਂ ਬਣਾਉਂਦੇ ਹੀ ਨਹੀਂ। ਪਰ ਉੱਥੇ ਜਾ ਕੇ ਇੱਕ ਰਾਜ ਸਰਕਾਰ ਦੇ ਕੇਰਲਾ ਭਵਨ ਦੇ ਵਿੱਚ ਇਸ ਤਰ੍ਹਾਂ ਦਾ ਛਾਪਾ ਪੁਲਿਸ ਕਿਉਂ ਮਾਰੇ? ਜੇ ਪ੍ਰਧਾਨ ਮੰਤਰੀ ਦਿਲੋਂ ਇਹਨਾਂ ਗੱਲਾਂ ਦੇ ਉੱਤੇ ਸਹਿਮਤ ਹੋਵੇ ਕਿ ਇਹੋ ਜਿਹੀਆਂ ਕਾਰਵਾਈਆਂ ਨਹੀਂ ਹੋਣੀਆਂ ਚਾਹੀਦੀਆਂ ਤੇ ਫਿਰ ਛਾਪਾ ਨਹੀਂ ਵੱਜ ਸਕਦਾ। ਪਰ ਜੇ ਪ੍ਰਧਾਨ ਮੰਤਰੀ ਸਿਰਫ ਗੋਂਗੜੂਆਂ ਤੋਂ ਮਿੱਟੀ ਝਾੜਦਾ ਹੋਵੇ, ਕਹਿਤਾ ਕਿ ਗਊ ਹੱਤਿਆ ਗੁੰਡਾਗਰਦੀ ਨਹੀਂ ਕਰਨੀ ਚਾਹੀਦੀ, ਪਰ ਥੱਲੇ ਉਹਦੇ ਬੰਦੇ ਕਰੀ ਵੀ ਜਾਣ, ਫਿਰ ਇਹ ਸੋਚਣਾ ਪੈਂਦਾ ਕਿ ਪ੍ਰਧਾਨ ਮੰਤਰੀ ਜੀ ਦਿਲੋਂ ਕਹਿੰਦੇ ਆ ਜਾਂ ਕਹਿਣ ਦੀ ਖਾਤਰ ਕਹਿੰਦੇ। ਜੀ ਬਿਲਕੁਲ, ਗੱਲ ਤਾਂ ਇਹੀ ਹੈ ਜੀ। ਔਰ ਪੰਨੂ ਸਾਹਿਬ, ਪਾਕਿਸਤਾਨ ਦੀ ਗੱਲ ਕਰੀਏ ਤਾਂ ਪਾਕਿਸਤਾਨ ਦੇ ਇੱਕ ਫੌਜੀ ਅਧਿਕਾਰੀ ਆ ਜਿਹੜੇ ਉਹ ਇਹ ਆਖ ਰਹੇ ਆ ਕਿ ਹੁਣ ਕੁਲਭੂਸ਼ਣ ਜਾਧਵ ਦੀ ਜਿਹੜੀ ਫਾਂਸੀ ਦਾ ਮਾਮਲਾ ਹੈ ਉਸ ਦੀ ਰਹਿਮ ਦੀ ਅਪੀਲ ਦੇ ਉੱਤੇ ਅਸੀਂ ਵਿਚਾਰ ਕਰ ਰਹੇ ਹਾਂ। ਕੁਲਭੂਸ਼ਣ ਜਾਧਵ ਦਾ ਮਾਮਲਾ ਜਿਹੜੀ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਆ ਉਹਦੇ ਵਿੱਚ ਵੀ ਗਿਆ, ਹੋਰ ਵੀ ਕਈ ਫੋਰਮਾਂ ਤੇ ਵਿਚਾਰਿਆ ਗਿਆ। ਪਿਛਲੇ ਮਹੀਨੇ ਇਨ੍ਹਾਂ ਨੇ ਉੱਥੋਂ ਇੱਕ ਰਹਿਮ ਦੀ ਅਪੀਲ ਵੀ ਲਿਖਵਾਈ ਜਿਹਦੇ ਵਿੱਚ ਇਹ ਲਿਖਵਾ ਲਿਆ ਕਿ ਤੂੰ ਪਹਿਲਾਂ ਇਹ ਮੰਨ ਕੇ ਮੈਂ ਇੱਥੇ ਪਾਕਿਸਤਾਨ ਚ ਆ ਕੇ ਆਹ ਗੁਨਾਹ ਕੀਤੇ ਆ। ਉਹਨਾਂ ਸਾਰਿਆਂ ਦਾ ਇਕਬਾਲਨਾਮਾ ਵੀ ਉੱਥੋਂ ਲਿਖਾ ਲਿਆ, ਫਿਰ ਆਖਿਆ ਹੁਣ ਤੂੰ ਇਹਦੇ ਉੱਤੇ ਰਹਿਮ ਦੀ ਅਪੀਲ ਕਰ ਤੇ ਅਸੀਂ ਤੇਰੀ ਅਪੀਲ ਵਿਚਾਰਾਂਗੇ। ਉਹਨੇ ਲਿਖ ਦਿੱਤੀ, ਪਾਕਿਸਤਾਨ ਦੀ ਫੌਜੀ ਅਦਾਲਤ ਕੋਲ ਰਹਿਮ ਦੀ ਅਪੀਲ ਗਈ ਤੇ ਉਸ ਫੌਜੀ ਅਦਾਲਤ ਨੇ ਰਹਿਮ ਦੀ ਅਪੀਲ ਪਰਸੋਂ ਰੱਦ ਕਰ ਦਿੱਤੀ ਆ। ਉਹ ਅਪੀਲ ਰੱਦ ਹੋਣ ਤੋਂ ਬਾਅਦ ਹੁਣ ਇਨ੍ਹਾਂ ਦੇ ਫੌਜ ਦਾ ਜਿਹੜਾ ਸਪੋਕਸ ਪਰਸਨ ਹੈ ਉਹਨੇ ਆਖਿਆ ਜੀ ਅਜੇ ਕੁਲਭੂਸ਼ਣ ਜਾਧਵ ਦੀ ਅਪੀਲ ਇਹਦੇ ਤੋਂ ਬਾਅਦ ਆਰਮੀ ਚੀਫ ਕੋਲ ਜਾ ਸਕਦੀ ਹੈ ਤੇ ਜਿਹੜਾ ਆਰਮੀ ਚੀਫ ਹੈ ਜਨਰਲ ਆਸਫ ਬਾਜਵਾ ਉਹ ਜਾਵੇ ਤੇ ਇਹਦੀ ਫਾਂਸੀ ਤੋੜ ਸਕਦਾ। ਅਸੀਂ ਇਹ ਨਹੀਂ ਕਹਿੰਦੇ ਕਿ ਉਹਨੂੰ ਜ਼ਰੂਰ ਫਾਂਸੀ ਲੱਗ ਜਾਏਗੀ, ਅਸੀਂ ਇਹ ਕਹਿੰਦੇ ਹਾਂ ਕਿ ਇਸ ਮਾਮਲੇ ਚ ਉਹਨੂੰ ਛੋਟ ਵੀ ਮਿਲ ਸਕਦੀ ਹੈ ਤੇ ਇੱਕ ਟਿਕਾਣਾ ਹੈਗਾ ਉਹ ਆ ਜਨਰਲ ਬਾਜਵਾ ਆਰਮੀ ਚੀਫ। ਨਾਲ ਹੀ ਉਹਨੇ ਇਹ ਵੀ ਕਹਿਤਾ ਕਹਿੰਦਾ ਉਹਦਾ ਐਡੀ ਨੀ ਗੱਲ ਕੋਈ ਕਿ ਜਨਰਲ ਬਾਜਵਾ ਵੀ ਉਹਦੀ ਰਹਿਮ ਦੀ ਅਪੀਲ ਰੱਦ ਕਰ ਦੇਵੇ ਤੇ ਇਹਦੇ ਤੋਂ ਬਾਅਦ ਸਾਡਾ ਜਿਹੜਾ ਰਾਸ਼ਟਰਪਤੀ ਹੈ ਉਹਦੇ ਕੋਲ ਰਹਿਮ ਦੀ ਅਪੀਲ ਮੰਨਣ ਦੇ ਅਧਿਕਾਰ ਹੁੰਦੇ, ਉਦੋਂ ਬਾਅਦ ਵੀ ਤਾਂ ਕਰ ਸਕਦਾ। ਅਸਲੀਅਤ ਇਹ ਹੈ ਕਿ ਉਹਦੇ ਸਵਾਲ ਦੇ ਉੱਤੇ ਉਹ ਭਾਰਤ ਨੂੰ ਬਲੈਕਮੇਲ ਕਰਨਾ ਚਾਹੁੰਦੇ ਆ। ਕਈ ਕਿਸਮ ਦੇ ਇਹੋ ਜਿਹੇ ਸੰਕੇਤ ਮਿਲਦੇ ਪਏ ਜਿਨ੍ਹਾਂ ਚ ਉਹ ਭਾਰਤ ਦੇ ਨਾਲ ਕਿਸੇ ਕਿਸਮ ਦੇ ਕੋਈ ਸੌਦੇਬਾਜ਼ੀ ਦੇ ਮੂਡ ਵਿਚ ਨੇ। ਇਧਰ ਉਧਰ ਤੋਂ ਕਈ ਚੈਨਲ ਚੱਲਦੇ ਪਏ ਆ, ਹਰ ਕੋਈ ਆਪੋ ਆਪਣੇ ਢੰਗ ਦੀ ਗੱਲ ਕਰਦਾ, ਪਰ ਅਜੇ ਕੋਈ ਸਥਿਤੀ ਸਪਸ਼ਟ ਨਹੀਂ ਹੋ ਰਹੀ ਜੀ। ਪਰ ਸਾਹਿਬ, ਪੰਜਾਬ ਦੇ ਵਿਚ ਜਿਹੜਾ ਮੀਂਹ ਹੈ ਉਹ ਨਹੀਂ ਪੈ ਰਿਹਾ ਤੇ ਵੱਖ ਵੱਖ ਥਾਵਾਂ ਦੇ ਉੱਤੇ ਮੀਂਹ ਪੂਰਾ ਹੀ ਪੈ ਰਿਹਾ, ਕੀ ਵਿਉਂਤਬੰਦੀਆਂ ਹੋ ਸਕਦੀਆਂ ਜੀ ਇਸ ਮਾਮਲੇ ਚ? ਦੇਖੋ, ਜਿਹੜਾ ਮੀਂਹ ਪੈਣਾ ਨਾ ਪੈਣਾ ਇਹ ਤਾਂ ਹੈਗਾ ਮੌਨਸੂਨ ਤੇ ਕੋਈ ਵਕਤ ਸੀ, ਲੋਕੀ ਕਹਿੰਦੇ ਹੁੰਦੇ ਸੀ ਹਾੜ ਜਿਹੜਾ ਉਹ ਤਾਂ ਅਸਾੜ ਹੁੰਦਾ, ਹਿੰਦੀ ਚ ਵੈਸੇ ਵੀ ਇਹਨੂੰ ਅਸਾੜ ਕਹਿੰਦੇ ਆ, ਅਸਾੜ ਦਾ ਮਤਲਬ ਸਾੜ ਵਾਲੀ ਚੀਜ਼ ਆ ਜੀ। ਤੇ ਸਾਉਣ ਨੂੰ ਆਮ ਤੌਰ ਤੇ ਗਿਣਿਆ ਜਾਂਦਾ ਕਿ ਇਸ ਮਹੀਨੇ ਚ ਬਾਰਿਸ਼ਾਂ ਹੋਣਗੀਆਂ ਜੀ। ਪਿਛਲੇ ਕਈ ਸਾਲਾਂ ਤੋਂ ਇਹ ਅਸੀਂ ਵੇਖਦੇ ਹਾਂ, ਕਦੇ ਤਾਂ ਜਿਹੜੀਆਂ ਬਰਸਾਤਾਂ ਨੇ ਉਹ ਹਾੜ ਚ ਹੋ ਜਾਂਦੀਆਂ ਨੇ ਸਖ਼ਤ ਗਰਮੀ ਦੇ ਵਿਚ, ਕਦੇ ਹਾੜ ਵੀ ਲੰਘ ਜਾਂਦਾ ਸਾਉਣ ਮਹੀਨੇ ਤੇ ਭਾਦੋ ਚ ਜਾ ਕੇ ਹੋ ਜਾਂਦੀਆਂ ਨੇ, ਦੋ ਤਿੰਨ ਵਾਰ ਅਗਸਤ ਦੇ ਅੱਧ ਤੋਂ ਬਾਅਦ ਹੋਈਆਂ। ਹੁਣ ਏਦਾਂ ਵੀ ਹੋ ਜਾਂਦਾ, ਇੱਕ ਵਾਰੀ ਸਤੰਬਰ ਦੇ ਪਹਿਲੇ ਹਫ਼ਤੇ ਜਾ ਕੇ ਹੋ ਗਈਆਂ ਸੀ, ਪਹਿਲਾਂ ਨਹੀਂ ਸੀ ਹੋਈਆਂ। ਇਹਦੀ ਸਾਨੂੰ ਕੋਈ ਗਰੰਟੀ ਨਹੀਂ ਕਿ ਕਦੋਂ ਹੋਵੇਗਾ ਤੇ ਕਦੋਂ ਨਹੀਂ, ਕੁਦਰਤੀ ਵਰਤਾਰਾ, ਉਹ ਤਾਂ ਬਾਅਦ ਚ ਵੇਖਿਆ ਜਾਵੇਗਾ। ਦੂਜੀ ਗੱਲ ਇਹ ਕਿ ਇੱਕ ਸੂਬਾ ਹਿੰਦੁਸਤਾਨ ਦੇ ਸਾਰੇ ਸੂਬਿਆਂ ਚ ਜਿੱਥੇ ਜਿੱਥੇ ਮੀਂਹ ਪਿਆ ਉਹਨਾਂ ਸਾਰਿਆਂ ਚ ਪਾਣੀ ਸੰਭਾਲਿਆ ਨਹੀਂ ਜਾ ਰਿਹਾ। ਗੁਜਰਾਤ ਦੇ ਵਿਚ ਅਹਿਮਦਾਬਾਦ ਰਾਜਧਾਨੀ ਆ, 12 ਸਾਲ ਪ੍ਰਧਾਨ ਮੰਤਰੀ ਸਾਹਿਬ ਉੱਥੇ ਰਾਜ ਕਰਕੇ ਆਏ ਆ ਤੇ ਰਾਜਧਾਨੀ ਦੀਆਂ ਸੜਕਾਂ ਨਹਿਰਾਂ ਬੜੀਆਂ ਵਗੀ ਜਾਂਦੀਆਂ ਨੇ, ਉੱਥੇ ਕੋਈ ਸੰਭਾਲਣ ਵਾਲਾ ਨੀ। ਵੱਡੇ ਵੱਡੇ ਸ਼ਹਿਰ ਸੂਰਤ ਵਗੈਰਾ ਉਹਨਾਂ ਸਾਰਿਆਂ ਚ ਹੜ ਆਇਆ ਪਿਆ। ਮੁੰਬਈ ਚ ਮਾੜਾ ਜਿਹਾ ਮੀਂਹ ਪੈਂਦਾ ਤੇ ਹੜ ਆ ਜਾਂਦਾ, ਹਾਲਾਂਕਿ ਉੱਥੇ ਸਮੁੰਦਰ ਲੱਗ ਗਿਆ, ਉਹਦਾ ਪਾਣੀ ਨਿਕਲ ਕੇ ਸਮੁੰਦਰ ਚ ਛੇਤੀ ਜਾ ਸਕਦਾ, ਉੱਥੇ ਵੀ ਹੜ ਆ ਜਾਂਦਾ। ਅੱਜ ਅਸੀਂ ਸਵੇਰ ਦਾ ਵੇਖਣ ਡੇ ਆ ਕਿ ਫਰੀਦਾਬਾਦ ਦਿੱਲੀ ਦੇ ਬਿਲਕੁਲ ਨਾਲ ਤੇ ਦੂਸਰੇ ਪਾਸੇ ਗੁਰਗਾਓਂ,
ਉਹਨਾਂ ਦੋਵਾਂ ਚ ਪਾਣੀ ਆ ਗਿਆ ਤੇ ਫਰੀਦਾਬਾਦ ਵਿਚ ਇਹ ਹੈ ਕਿ ਅੱਧੇ ਤੋਂ ਜ਼ਿਆਦਾ ਮੈਨਹੋਲ ਜਿਹੜੇ ਉਹ ਖੁੱਲੇ ਇਸ ਕਰਕੇ ਛੱਡੇ ਆ ਕਿ ਪਾਣੀ ਜਿਹੜਾ ਇਕੱਠਾ ਹੋ ਗਿਆ ਮੈਨਹੋਲ ਦੇ ਰਹੇ ਥੱਲੇ ਸੀਵਰਾਂ ਚਲ ਜਾਵੇ ਤੇ ਅੱਗੇ ਲੰਘ ਜਾਏ ਪਰ ਲੋਕਾਂ ਨੂੰ ਤਾਂ ਨੀ ਪਤਾ ਇੱਥੇ ਮੈਨਹੋਲ ਆ ਕੋਈ ਸਕੂਟਰ ਵਾਲਾ ਆਉਂਦਾ ਤੇ ਸਿੱਧਾ ਮੈਨਹੋਲ ਦੇ ਵਿਚ ਡਿੱਗ ਪੈਂਦਾ ਕੋਈ ਥ੍ਰੀ ਵੀਲਰ ਆਉਂਦਾ ਉਹ ਡਿੱਗ ਪੈਂਦਾ ਕੋਈ ਸਾਈਕਲ ਵਾਲਾ ਆਉਂਦਾ ਉਹ ਡਿੱਗ ਪੈਂਦਾ ਤੇ ਪਾਸਿਆਂ ਤੋਂ ਲੋਕ ਜਾਗ ਜਾ ਕੇ ਚੁੱਕਦੇ ਹਰ ਕਿਸੇ ਆਉਂਦੇ ਨੂੰ ਵੇਖ ਕੇ ਲੋਕੀ ਦੂਰੋਂ ਆਵਾਜ਼ਾਂ ਮਾਰਦੇ ਵੇਖੀ ਵੇਖੀ ਡਿੱਗਣਾ ਪਈ ਤੇ ਅਗਲੇ ਨੂੰ ਕੀ ਪਤਾ ਕਿੱਥੇ ਡਿੱਗਣਾ ਪਈ ਉਹ ਆਉਂਦਾ ਸੜਕ ਦੇ ਵਿਚਾਲੇ ਸੀਵਰੇਜ ਦਾ ਮੈਨਹੋਲ ਆ ਉਹ ਚ ਡਿੱਗ ਪੈਂਦਾ ਸਾਡੇ ਪੰਜਾਬ ਵਿਚ ਅਜੇ ਤੱਕ ਬਰਸਾਤਾਂ ਨਹੀਂ ਹੋਈਆਂ ਤੇ ਬਰਸਾਤਾਂ ਹੋਣੀਆਂ ਤਾਂ ਹੈਗੀਆਂ ਹੀ ਅਗਲੇ ਨੇ ਜਦੋਂ ਹੋਣਗੀਆਂ ਉਹਦੇ ਵਾਸਤੇ ਕੀ ਸਾਡੀ ਕੋਈ ਤਿਆਰੀ ਹੈਗੀ ਆ ਮੈਨੂੰ ਅਜੇ ਤੱਕ ਕੋਈ ਬਹੁਤੀ ਤਿਆਰੀ ਨਹੀਂ ਲੱਗਦੀ ਬਹੁਤੀ ਕੀ ਕਦੇ ਕਦੇ ਏਦਾਂ ਲੱਗਦਾ ਕਿ ਤਿਆਰੀ ਹੈ ਹੀ ਕੋਈ ਨਹੀਂ ਜਿੰਨੀਆਂ ਕੁ ਵੇਈਆਂ ਤੇ ਜਿੰਨੀਆਂ ਕੁ ਚੂਹਾਂ ਬਰਸਾਤ ਦਾ ਪਾਣੀ ਖਿੱਚਣ ਵਾਲੀਆਂ ਉਹਨਾਂ ਸਾਰੀਆਂ ਦੇ ਵਿਚ ਕੋਈ ਬੂਟੀ ਜਿਹੜੀ ਹੁੰਦੀ ਆ ਜਿਹੜੀ ਪੁਲਾਂ ਨਾਲ ਜਾ ਕੇ ਅੜ ਜਾਂਦੀ ਹੁੰਦੀ ਆ ਉਹ ਵਾਧੂ ਆ ਕਦੇ ਕਿਸੇ ਨੇ ਕੱਢੀ ਨਹੀਂ ਦੂਸਰਾ ਇਹ ਕਿ ਇਹਨਾਂ ਚ ਗਾਰ ਜਿਹੜੀ ਆ ਉਹਨੂੰ ਕੱਢਣ ਦਾ ਕੰਮ ਜਿਹਨੂੰ ਡੀ ਸਿਲਟਿੰਗ ਕਹਿੰਦੇ ਆ ਉਹ ਬਹੁਤ ਦੇਰ ਤੋਂ ਨਹੀਂ ਕੀਤਾ ਗਿਆ ਕਾਗਜ਼ੀ ਪੱਤਰੀ ਹੋ ਜਾਂਦਾ ਪਰ ਜਦੋਂ ਅਸੀਂ ਉਹਨਾਂ ਡਰੇਨਾਂ ਤੋਂ ਜਦੋਂ ਚੂਹਾਂ ਤੋਂ ਜਦੋਂ ਵੇਈਆਂ ਤੋਂ ਲੰਘਦੇ ਆ ਉੱਥੇ ਜਾ ਕੇ ਵੇਖ ਕੇ ਸਾਨੂੰ ਪਤਾ ਲੱਗਦਾ ਕਿ ਇੱਥੇ ਤੇ ਸਾਰਾ ਕੁਝ ਓਦਾਂ ਹੀ ਗਾਰ ਪਈ ਆ ਕੋਈ ਕਿਸੇ ਨੇ ਕੀਤਾ ਹੀ ਨਹੀਂ ਕੰਮ ਕੋਈ ਏਦਾਂ ਹੀ ਕਈਆਂ ਥਾਵਾਂ ਤੇ ਜਿਹੜੇ ਕੁਦਰਤੀ ਵਹਿਣ ਸੀ ਪਹਿਲਾਂ ਹੁੰਦਾ ਇਹ ਸੀਗਾ ਕਿ ਜਿੱਥੇ ਵੀ ਕਿਤੇ ਦਰਿਆ ਵਗਦਾ ਉਹਦੇ ਤੋਂ 2-3 ਕਿਲੋਮੀਟਰ ਖੱਬੇ 2-3 ਕਿਲੋਮੀਟਰ ਸੱਜੇ ਦੋਵੇਂ ਪਾਸੇ ਕੁਝ ਨਾ ਕੁਝ ਕੁਦਰਤੀ ਵਹਿਣ ਸੀ ਜਿਹੜੇ ਪਿੱਛੋਂ ਪਾਣੀ ਇਕੱਠਾ ਕਰੀ ਆਉਂਦੇ ਸੀ ਅੱਗੇ 10-12 ਕਿਲੋਮੀਟਰ ਤੇ ਜਾ ਕੇ ਦਰਿਆ ਦੇ ਵਿਚ ਸੁੱਟ ਦਿੰਦੇ ਸੀ ਬਹੁਤਿਆਂ ਥਾਵਾਂ ਦੇ ਉੱਤੇ ਲੋਕਾਂ ਨੇ ਉਸ ਕੁਦਰਤੀ ਵਹਿਣ ਨੂੰ ਪੱਧਰਾ ਕਰਕੇ ਉਹ ਚ ਫਸਲਾਂ ਬੀਜ ਲਈਆਂ ਤੇ ਸਰਕਾਰ ਨੇ ਕਿਸੇ ਸਰਕਾਰੀ ਅਧਿਕਾਰੀ ਨੇ ਰੋਕਿਆ ਹੀ ਨਹੀਂ ਕੁਝ ਥਾਵਾਂ ਤੇ ਸੜਕਾਂ ਵਗੈਰਾ ਬਣਾਈਆਂ ਨੇ ਤੇ ਇਹ ਸੋਚ ਕੇ ਕਿ ਆਹ ਕਿਹੜੇ ਵਹਿਣ ਵਗਣੇ ਆ ਉਹ ਜਿੱਥੇ ਕੁਦਰਤੀ ਵਹਿਣ ਸੀ ਉੱਥੇ ਕੋਈ ਨਾ ਕੋਈ ਪੁਲ ਨਹੀਂ ਤੇ ਪੁਲਿਸ ਨਹੀਂ ਰੱਖਣਾ ਚਾਹੀਦਾ ਸੀ ਉਹਦੇ ਵਾਸਤੇ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਤੇ ਉਹਦਾ ਨਤੀਜਾ ਇਹ ਨਿਕਲਦਾ ਕਿ ਜਿੱਥੇ ਉੱਚੀ ਸੜਕ ਹੈ ਉੱਥੇ ਪਾਣੀ ਦੀ ਡਾਫ ਲੱਗਦੀ ਹੈ ਤੇ ਪਾਣੀ ਇਕੱਠਾ ਹੋ ਜਾਂਦਾ ਤੇ ਮੁੜ ਕੇ ਇਕਦਮ ਸੜਕ ਤੋੜਦਾ ਇਹੋ ਜਿਹੀਆਂ ਹਾਲਤਾਂ ਅੱਗੇ ਵੀ ਅਸੀਂ ਕਈ ਵਾਰੀ ਪੰਜਾਬ ਵਾਲਿਆਂ ਨੇ ਭੁਗਤੀਆਂ ਹੋਈਆਂ ਨੇ ਲੱਗਦਾ ਹੈ ਕਿ ਇਸ ਵਾਰੀ ਫਿਰ ਭੁਗਤਣੀਆਂ ਪੈਣਗੀਆਂ ਮੈਨੂੰ ਮੁੱਖ ਮੰਤਰੀ ਬੇਅੰਤ ਸਿੰਘ ਦੇ ਰਾਜ ਦਾ ਤਜਰਬਾ ਹੈਗਾ ਕਿ ਉਦੋਂ ਅਜੇ ਅਸੀਂ ਫੀਲਡ ਦੇ ਪੱਤਰਕਾਰ ਹੁੰਦੇ ਸਾਂ ਸਾਨੂੰ ਇਹ ਗੱਲ ਪਤਾ ਲੱਗੀ ਕਿ ਪੈਸਾ ਆਇਆ ਸੀ 3-4 ਕਰੋੜ ਪੰਜਾਬ ਦੇ ਵਿਚ ਹੜਾਂ ਤੋਂ ਬਚਣ ਦੇ ਅਗੇਤੇ ਪ੍ਰਬੰਧ ਕਰਨ ਵਾਸਤੇ ਉਹ ਪੈਸਾ ਵੰਡਣ ਤੋਂ ਲੜਾਈ ਹੋ ਗਈ ਕਿ ਕੌਣ ਕਿੰਨਾ ਖਰਚ ਕਰੇਗਾ ਕਿਉਂਕਿ ਸਾਰਿਆਂ ਨੂੰ ਪਤਾ ਸੀ ਕਿ ਜਿਹਨੇ ਜਿੰਨਾ ਖਰਚ ਕੀਤਾ ਉਹਦੇ ਚੋਂ 35% ਤਾਂ ਕੱਢ ਹੀ ਲੈਣਾ ਇਹ ਵੰਡ ਵੰਡਾਈ ਦੇ ਝਗੜਾ ਹੋ ਗਿਆ ਤੇ ਇੱਕ ਡਿਪਟੀ ਕਮਿਸ਼ਨਰ ਇੱਥੇ ਹੁੰਦਾ ਸੀ ਜਿਹਨੇ ਹੌਲੀ ਜਿਹੀ ਕਹਿਤਾ ਫਿਰ ਲੜਦੇ ਕਾਹਨੂੰ ਏਦਾਂ ਕਰੋ ਆਪਾਂ ਇਹ ਡੀ ਸਿਲਟਿੰਗ ਦਾ ਗਾਰ ਕੱਢਣ ਦਾ ਅਗੇਤੇ ਪ੍ਰਬੰਧਾਂ ਦਾ ਕੰਮ ਕਰਦੇ ਹੀ ਨਹੀਂ ਆਪਾਂ ਕਹਿ ਦਿਆਂਗੇ ਜੀ ਵੇਲੇ ਸਿਰ ਫੰਡ ਨਹੀਂ ਸੀ ਆਏ ਤੇ ਬਾਅਦ ਚ ਹੜ ਆਉਣੇ ਇਹੋ ਪੈਸਾ ਹੜਾਂ ਦੇ ਰਿਲੀਫ ਵਾਸਤੇ ਵੰਡਾਂਗੇ ਜਿਹੜਾ ਜਿੰਨਾ ਵੰਡੂਗਾ ਆਪੋ ਆਪਣਾ ਕਰੀ ਜਾਓ ਫਿਰ ਕੋਈ ਰੋਕੂਗਾ ਵੀ ਨਾ ਤੇ ਸਾਰੇ ਹੱਸ ਪਏ ਤੇ ਮੁੜ ਕੇ ਸੱਜੀ ਮੁੱਚੀ ਏਦਾਂ ਕੀਤਾ ਕਿ ਗਾਰ ਕੱਢਣ ਦਾ ਕੰਮ ਨਹੀਂ ਕੀਤਾ ਤੇ ਉਹੋ ਹੀ ਪੈਸਾ ਜਿਹੜਾ ਗਾਰ ਕੱਢਣ ਵਾਸਤੇ ਡੀ ਸਿਲਟਿੰਗ ਵਾਸਤੇ ਆਇਆ ਸੀ ਉਹ ਸੰਭਾਲ ਕੇ ਰੱਖ ਲਿਆ ਤੇ ਬਾਅਦ ਵਿਚ ਰਿਲੀਫ ਦੇ ਦਿਨਾਂ ਵਿਚ ਕੁਝ ਲੋਕਾਂ ਨੂੰ ਵੰਡਿਆ ਗਿਆ ਤੇ ਕੁਝ ਆਪੋ ਵਿਚ ਵੰਡਿਆ ਗਿਆ ਸੀ ਇਹ ਕੰਮ ਜੇ ਉਦੋਂ ਹੁੰਦਾ ਸੀ ਤੇ ਹੁਣ ਵਾਲੇ ਅਫਸਰ ਕਦੇ ਗੰਗਾ ਨਹਾ ਕੇ ਤਾਂ ਨਹੀਂ ਆਏ ਇਹ ਵੀ ਉਦਾਂ ਦੇ ਇਹ ਵੀ ਕਰ ਸਕਦੇ ਆ ਜਿਹੜੇ ਲੋਕਾਂ ਨੂੰ ਤਕਲੀਫ ਆਉਣੀ ਆ ਉਹਦਾ ਖਿਆਲ ਕਿਸੇ ਨੂੰ ਨਹੀਂ ਜੇ ਰਾਜਸਥਾਨ ਜਿੱਥੇ ਮਾਰੂ ਥੱਲਿਆ ਤੇ ਲੋਕੀ ਮੀਂਹ ਦੀ ਇੱਕ ਇੱਕ ਟਿੱਪ ਨੂੰ ਡਿੱਗਦੇ ਆ ਅੱਜ ਕੱਲ ਉੱਥੇ ਹੜਾਏ ਪਰਸੇ ਫਿਰਦੇ ਨੇ ਇਹੋ ਜਿਹੇ ਇਲਾਕਿਆਂ ਦੇ ਵਿਚ ਵੀ ਤੇ ਕੱਲ ਜਦੋਂ ਪੰਜਾਬ ਚ ਮੀਂਹ ਪੈਣ ਲੱਗੇ ਤੇ ਇਹ ਸੋਚ ਲੈਣਾ ਚਾਹੀਦਾ ਕਿ ਇਕਦਮ ਪਏ ਮੀਂਹ ਇਹਨਾਂ ਦਾ ਵੀ ਪਾਣੀ ਇੰਨਾ ਆ ਜਾਣਾ ਕਿ ਮੁੜ ਕੇ ਸੰਭਾਲਿਆ ਨਹੀਂ ਜਾਣਾ ਸਰਕਾਰ ਨੂੰ ਬਾਕੀ ਕੰਮ ਛੱਡ ਕੇ ਇਸ ਪਾਸੇ ਕੋਈ ਥੋੜਾ ਜਿਹਾ ਧਿਆਨ ਦੇਣ ਦੀ ਲੋੜ ਹੈ ਜੀ ਇੰਦਰਾ ਗਾਂਧੀ ਦੇ ਉੱਤੇ ਫਿਲਮ ਬਣ ਰਹੀ ਹੈ ਜੀ ਇੰਦੂ ਸਰਕਾਰ ਕਾਂਗਰਸੀ ਹੈ ਥੋੜੇ ਜੇ ਔਖੇ ਨੇ ਇਸ ਗੱਲ ਤੋਂ ਤੇ ਫਿਲਮ ਬਣਾਉਣ ਵਾਲੇ ਭੰਡਾਰਕਰ ਹੈ ਜਿਹੜੇ ਉਨ੍ਹਾਂ ਨੇ ਇੱਕ ਰਾਹੁਲ ਗਾਂਧੀ ਹੋਰਾਂ ਨੂੰ ਚਿੱਠੀ ਲਿਖੀ ਹੈ ਕਿ ਮੈਨੂੰ ਆਪਦੇ ਪ੍ਰਗਟਾਵੇ ਦੀ ਆਜ਼ਾਦੀ ਹੈ ਜਾਂ ਨਹੀਂ ਦੇਖੋ ਜਿਹੜੀ ਇੰਦੂ ਸਰਕਾਰ ਹੈ ਇਸ ਕਰਕੇ ਇੰਦੂ ਸਰਕਾਰ ਆ ਕਿਉਂਕਿ ਇੰਦਰਾ ਗਾਂਧੀ ਦਾ ਬਚਪਨ ਦਾ ਨਾਂ ਇੰਦੂ ਸਰਕਾਰ ਇੰਦੂ ਸੀ ਸਰਕਾਰ ਨੇ ਉਹਦਾ ਬਚਪਨ ਦਾ ਨਾਂ ਇੰਦੂ ਸੀਗਾ ਇੰਦਰਾ ਗਾਂਧੀ ਤਾਂ ਬਾਅਦ ਚ ਵੱਡੀ ਹੋ ਕੇ ਬਣੀ ਉਹ ਜਿਹੜੀ ਇੰਦਰਾ ਗਾਂਧੀ ਸੀ ਤੇ ਬਚਪਨ ਚ ਇੰਦੂ ਸੀ ਉਹਦੇ ਨਾਂ ਦੇ ਉੱਤੇ ਹੁਣ ਜਿਹੜੀ ਫਿਲਮ ਬਣ ਰਹੀ ਹੈ ਉਹਦੇ ਬਚਪਨ ਬਾਰੇ ਉਹਦੀ ਜਵਾਨੀ ਬਾਰੇ ਨਹੀਂ ਗਈ ਇਹ ਐਮਰਜੈਂਸੀ ਬਾਰੇ ਆ ਇਹਦੇ ਵਿਚ ਕਈ ਕਿਸਮ ਦੇ ਹੋਰ ਕਿਰਦਾਰ ਰੱਖੇ ਗਏ ਸੰਜੇ ਗਾਂਧੀ ਬਾਰੇ ਵੀ ਇੱਕ ਕਿਰਦਾਰ ਵਿਖਾਇਆ ਗਿਆ ਕਿ ਸੰਜੇ ਗਾਂਧੀ ਨੇ ਉਹਨਾਂ ਦਿਨਾਂ ਚ ਕੀ ਕੁਛ ਕੀਤਾ ਕਰਾਇਆ ਸੀ ਇਹਦੇ ਵਿਚ ਜਗਦੀਸ਼ ਟਾਈਟਰ ਜਿਹੜਾ 1984 ਦਾ ਕਤਲੇਆਮ ਦਾ ਬਹੁਤ ਵੱਡਾ ਦੋਸ਼ੀ ਹੈ ਤੇ ਅਜੇ ਕੇਸ ਭੁਗਤਦਾ ਪਿਆ ਉਹਦਾ ਕਿਰਦਾਰ ਵੀ ਵਿਖਾਇਆ ਗਿਆ ਔਰ ਉਹਨੇ
ਜਗਦੀਸ਼ ਟਾਈਟਲਰ ਨੇ ਮਦਰ ਭੰਡਾਰਕਰ ਨੂੰ ਇੱਕ ਚਿੱਠੀ ਵੀ ਲਿਖੀ ਹੈ ਕਿ ਮੇਰੇ ਨਾਲ ਬੇਇਨਸਾਫੀ ਹੋ ਰਹੀ ਹੈ, ਮੇਰਾ ਪੱਖ ਸੁਣੇ ਬਗੈਰ ਤੁਸੀਂ ਫਿਲਮ ਚ ਮੇਰੇ ਬਾਰੇ ਏਦਾਂ ਦਾ ਕਿਰਦਾਰ ਵਿਖਾਇਆ, ਲੋਕ ਮੈਨੂੰ ਦੱਸਦੇ ਪਏ ਇਹ ਤਾਂ ਮੇਰੇ ਨਾਲ ਜਾਪਦੀ ਹੈ। ਜਾਪਦੀ ਕਾਹਦੀ, ਉਹਨੇ ਆਪ ਸਾਰੀ ਉਮਰ ਜਾਪਦੀਆਂ ਕੀਤੀਆਂ, ਉਹਦੀ ਤਾਂ ਕਿਸੇ ਨੂੰ ਕੋਈ ਚਿੰਤਾ ਨਹੀਂ। ਇਸੇ ਤਰ੍ਹਾਂ ਜਿਹੜਾ ਸੰਜੇ ਗਾਂਧੀ ਹੈ, ਇੰਦਰਾ ਗਾਂਧੀ ਦਾ ਪੁੱਤਰ ਛੋਟਾ, ਬਾਅਦ ਵਿਚ ਮਰ ਗਿਆ ਸੀ, ਹਵਾਈ ਜਹਾਜ਼ ਦੀਆਂ ਡਾਰੀਆਂ ਲਿਆਉਂਦਾ, ਕਦੇ ਇਕਦਮ ਸਾਹ ਲੈ ਜਾਂਦਾ, ਕਦੇ ਇਕਦਮ ਸਾਹ ਲਿਆਉਂਦਾ ਸੀ, ਹੇਠਾਂ ਲਿਆਉਂਦਿਆਂ ਮੁੜ ਕੇ ਬ੍ਰੇਕ ਨਾ ਲੱਗੀ ਤੇ ਮੋੜ ਵੀ ਨਾ ਕੱਟਿਆ ਗਿਆ ਤੇ ਸਿੱਧਾ ਜ਼ਮੀਨ ਤੇ ਜਾ ਵੱਜਿਆ ਸੀ। ਉਹ ਜਿਹੜਾ ਮੁੰਡਾ ਸੀ ਉਹਦਾ ਕਿਰਦਾਰ ਵੀ ਵਿਖਾਇਆ ਗਿਆ ਕਿ ਉਹਨੇ ਐਮਰਜੈਂਸੀ ਚ ਕਿੰਨੀਆਂ ਕੁ ਜਿਆਦੀਆਂ ਕੀਤੀਆਂ, ਉਹਦੇ ਨਾਲ ਕਿੱਦਾਂ ਦੇ ਲੋਕ ਸਨ। ਉਸ ਅਕਸ ਤੋਂ ਉਹਦੀ ਘਰਵਾਲੀ, ਹੁਣ ਅੱਜ ਕੱਲ ਕੇਂਦਰੀ ਮੰਤਰੀ ਮੇਨਕਾ ਗਾਂਧੀ, ਉਹਨੂੰ ਗੁੱਸਾ ਹੋਣਾ ਚਾਹੀਦਾ। ਉਹਦਾ ਪੁੱਤਰ ਵਰੁਣ ਗਾਂਧੀ ਅੱਜ ਕੱਲ ਪਾਰਲੀਮੈਂਟ ਮੈਂਬਰ ਹੈ ਬੀਜੇਪੀ ਵੱਲੋਂ, ਰਾਜਕਰਤੀ ਪਾਰਟੀ ਵੱਲੋਂ, ਉਹਨੂੰ ਗੁੱਸਾ ਹੋਣਾ ਚਾਹੀਦਾ। ਨਾ ਮੁੰਡੇ ਨੂੰ ਗੁੱਸਾ ਆ ਰਿਹਾ, ਨਾ ਘਰਵਾਲੀ ਨੂੰ ਗੁੱਸਾ ਆ ਰਿਹਾ, ਦੋਵਾਂ ਚੋਂ ਕਿਸੇ ਨੂੰ ਕੋਈ ਗੁੱਸਾ ਹੀ ਨਹੀਂ ਆ ਰਿਹਾ। ਗੁੱਸਾ ਦੋ ਹੋਰਨਾਂ ਧਿਰਾਂ ਨੂੰ ਆ ਰਿਹਾ। ਇੱਕ ਬੀਬੀ ਪ੍ਰਿਆ ਪਾਲ ਹੈ ਜਿਹਨੇ ਪਿਛਲਿਆਂ ਦਿਨਾਂ ਚ ਬਖੇੜਾ ਖੜਾ ਕੀਤਾ ਪਿਆ ਕਿ ਮੈਂ ਇੰਦਰਾ ਗਾਂਧੀ ਦੀ ਪੋਤੀ ਹਾਂ, ਇੰਦਰਾ ਗਾਂਧੀ ਜਿਹੜਾ ਛੋਟਾ ਪੁੱਤਰ ਸੰਜੇ ਗਾਂਧੀ ਸੀ ਉਹਦੇ ਮੇਰੀ ਮਾਂ ਨਾਲ ਸੰਬੰਧ ਸਨ, ਉਹਨਾਂ ਸੰਬੰਧਾਂ ਤੋਂ ਮੈਂ ਪੈਦਾ ਹੋਈ। ਉਹਦੀ ਮਾਂ ਕਿਸੇ ਵਕਤ ਇੱਥੇ ਲੁਧਿਆਣੇ DMC ਦੇ ਵਿੱਚ CMC ਦੇ ਵਿੱਚ ਵੀ ਕੰਮ ਕਰਦੀ ਰਹੀ ਹੈ। ਉਹ ਕਹਿੰਦੀ ਜੀ ਮੈਂ ਸੰਜੇ ਗਾਂਧੀ ਦੀ ਧੀ ਹਾਂ। ਉਹਨੇ ਇੱਕ ਕੇਸ ਕਰ ਦਿੱਤਾ ਅਦਾਲਤ ਵਿੱਚ ਕਿ ਮਦਰ ਭੰਡਾਰਕਰ ਨੇ ਇਹ ਫਿਲਮ ਬਣਾ ਕੇ ਮੇਰੇ ਬਾਪ ਸੰਜੇ ਗਾਂਧੀ ਦੀ ਬੇਇੱਜ਼ਤੀ ਕੀਤੀ ਹੈ, ਤੇ ਮਦਰ ਭੰਡਾਰਕਰ ਨੇ ਚਿੱਠੀ ਲਿਖ ਦਿੱਤੀ ਹੈ ਕਿ ਪਹਿਲਾਂ ਇਹ ਤਾਂ ਤੂੰ ਸਾਬਤ ਕਰ ਦੇ ਕਿ ਤੂੰ ਸੰਜੇ ਗਾਂਧੀ ਦੀ ਧੀ ਹੈਗੀ ਵੀ ਹੈ ਕਿ ਨਹੀਂ ਹੈਗੀ, ਐਵੇਂ ਤੂੰ ਕੇਸ ਕਰ ਦੀ ਸਕਦੀ ਹੈ। ਦੂਸਰਾ ਪੱਖ ਜਿਨ੍ਹਾਂ ਨੇ ਵਿਰੋਧ ਕੀਤਾ ਬਹੁਤ ਜ਼ਿਆਦਾ, ਉਹ ਕਾਂਗਰਸ ਪਾਰਟੀ ਵਾਲੇ ਆ। ਇਨ੍ਹਾਂ ਨੇ ਪੁਣੇ ਵਿਚ, ਨਾਗਪੁਰ ਚ, ਕੁਛ ਹੋਰਨਾਂ ਥਾਵਾਂ ਦੇ ਉੱਤੇ ਮਦਰ ਭੰਡਾਰਕਰ ਦਾ ਕਾਫੀ ਤਿੱਖਾ ਵਿਰੋਧ ਕੀਤਾ। ਉਹ ਕਹਿੰਦੇ ਜੀ ਇੰਦਰਾ ਗਾਂਧੀ ਬਹੁਤ ਗ੍ਰੇਟ ਲੀਡਰ ਸੀ ਤੇ ਤੂੰ ਸਾਡੀ ਐਡੀ ਮਹਾਨ ਲੀਡਰ ਜਿਹੜੀ ਹੈ ਉਹਦੀ ਬੇਇੱਜ਼ਤੀ ਕਰਦਾ ਪਿਆ। ਉਹਨੇ ਦੋ ਥਾਵਾਂ ਦੇ ਉੱਤੇ ਆਪਣੀ ਪ੍ਰੈਸ ਕਾਨਫਰੰਸ ਰੱਦ ਕਰ ਦਿੱਤੀ ਹੈ, ਤੇ ਫਿਰ ਉਹਨੇ ਰਾਹੁਲ ਗਾਂਧੀ ਨੂੰ ਚਿੱਠੀ ਲਿਖੀ ਹੈ ਕਿ ਮੈਨੂੰ ਕੋਈ ਫਰੀਡਮ ਆਫ ਐਕਸਪ੍ਰੈਸ਼ਨ ਨਹੀਂ, ਮੈਨੂੰ ਆਪਣੇ ਵਿਚਾਰ ਪ੍ਰਗਟ ਕਰਨ ਦੀ ਕੋਈ ਆਜ਼ਾਦੀ ਨਹੀਂ। ਦੇਖੋ ਆਜ਼ਾਦੀ ਤੇ ਇਹਨੂੰ ਹੈਗੀ ਹੈ, ਅਸੀਂ ਤਾਂ ਹਮੇਸ਼ਾ ਤੋਂ ਇਸ ਗੱਲ ਤੇ ਰਹੇ ਹਾਂ ਕਿ ਕਿਸੇ ਵੀ ਕਿਸਮ ਦੀ ਹਰ ਇੱਕ ਨੂੰ ਆਜ਼ਾਦੀ ਹੋਣੀ ਚਾਹੀਦੀ ਹੈ ਵਿਚਾਰਾਂ ਦੇ ਪ੍ਰਗਟਾਵੇ ਦੀ। ਪਰ ਇੱਕ ਗੱਲ ਹੈਗੀ ਹੈ ਕਿ ਫਿਲਮਾਂ ਵਾਲੇ ਵੀ ਬਹੁਤ ਕੁਛ ਉਲਟਾ ਸਿੱਧਾ ਵਿਖਾ ਰਿਹਾ। ਕਈਆਂ ਥਾਵਾਂ ਦੇ ਉੱਤੇ ਕਈ ਡਾਕੂਆਂ ਨੂੰ ਇਨ੍ਹਾਂ ਨੇ ਬਹੁਤ ਧਰਮਾਤਮਾ ਬਣਾ ਕੇ ਪੇਸ਼ ਕੀਤਾ। ਇੱਕ ਗਾਡ ਮਦਰ ਫਿਲਮ ਆਈ ਸੀ, ਉਹਦੇ ਚ ਸੰਤੋਖ ਬਹਿਨ ਜਦੇਜਾ ਜਿਹੜੀ ਉਥੋਂ ਦੀ ਮਾਫੀਆ ਡਾਂਸ ਸੀਗੀ ਗੁਜਰਾਤ ਦੀ, ਉਹਨੂੰ ਪੇਸ਼ ਕੀਤਾ ਗਿਆ ਸੀ। ਆ ਪਿੱਛੇ ਜੇ ਇੱਕ ਫਿਲਮ ਆਈ ਹੈ ਜਿਹੜੀ ਦਾਊਦ ਇਬਰਾਹਿਮ ਦੁਨੀਆ ਦੇ ਵੱਡੇ ਸਰਗਣਿਆਂ ਚੋਂ ਮਾਫੀਆ ਵਾਲਿਆਂ ਚੋਂ ਇੱਕ ਹੈ, ਉਹਦੀ ਭੈਣ ਬਾਰੇ, ਹਸੀਨਾ ਪਾਰਕਰ ਬਾਰੇ। ਹੁਣ ਦਾਊਦ ਦੀ ਫਿਲਮ ਭੈਣ ਬਾਰੇ ਫਿਲਮ ਬਣਾਉਣ ਦੀ ਇਹਨਾਂ ਨੂੰ ਕੀ ਰੋਡ ਪੈ ਗਈ, ਉਹਦਾ ਟੌਰ ਬਣਾਉਣ ਦਾ ਇਹਨਾਂ ਨੂੰ ਕੀ ਰੋਡ ਸੀ। ਇੱਦਾਂ ਹੀ ਜਿਹੜਾ ਸਰਬਜੀਤ ਸਿੰਘ ਪਾਕਿਸਤਾਨ ਚ ਮਾਰਿਆ ਗਿਆ ਸੀ ਤੇ ਸਭ ਨੂੰ ਪਤਾ ਕਿ ਉਹ ਕੋਈ ਜਸੂਸ ਨੀ ਸੀ, ਕੁਛ ਨੀ ਸੀ, ਉਹ ਕੋਈ ਸ਼ਹੀਦ ਨੀ ਸੀ, ਪਾਂਡੀ ਸੀਗਾ, ਪੰਡ ਲੈ ਕੇ ਗਿਆ ਪਰਲੇ ਪਾਸੇ, ਪ੍ਰੀਤੀ ਖਾਧੀ ਸੀ ਉੱਥੇ ਜਾ ਕੇ ਫਸ ਗਿਆ, ਉਹਨੂੰ ਫਾਂਸੀ ਸਜ਼ਾ ਹੋਈ ਸੀ, ਫਾਂਸੀ ਤੋਂ ਪਹਿਲਾਂ ਕੁੱਟ ਕੁੱਟ ਕੇ ਜਿਹਾ ਦੂਜੇ ਬੰਦਿਆਂ ਨੇ ਮਾਰਤਾ, ਲਾਸ਼ ਉਹਦੀ ਆ ਗਈ। ਉਹਦੀ ਇੱਕ ਆਪੇ ਬਣੀ ਫਿਰਦੀ ਹੈ ਭੈਣ ਸਰਬਜੀਤ ਕੌਰ, ਇਹਨਾਂ ਨੇ ਉਸ ਸਰਬਜੀਤ ਉਹਦਾ ਨਾਮ ਦਲਵੀਰ ਕੌਰ ਨਾਲ ਮਿਲ ਕੇ ਐਸ਼ਵਰਿਆ ਰਾਏ ਲਿਆਂਦੀ, ਭਿੱਖੀ ਵਿੰਡ ਵਿਖਾਇਆ, ਇਹਨਾਂ ਥਾਵਾਂ ਦੇ ਉੱਤੇ ਆ ਕੇ ਇੱਕ ਫਿਲਮ ਬਣਾਤੀ, ਸਰਬਜੀਤ ਨੂੰ ਬਹੁਤ ਵੱਡਾ ਹੀਰੋ ਬਣਾਇਆ ਗਿਆ। ਉਦੋਂ ਵੱਧ ਜਿਹੜਾ ਅਸਰ ਹੈ ਉਹਦਾ ਜਿਹੜੀ ਸਰਬਜੀਤ ਦੀ ਭੈਣ ਆਪੇ ਬਣੀ ਫਿਰਦੀ ਹੈ ਉਹਦਾ ਬਣਾਇਆ ਗਿਆ, ਇਲੀਗਲ ਭੈਣ ਹੈ, ਕੋਈ ਉਹਦੀ ਉਹ ਲੱਗਦੀ ਨੀ। ਸਰਬਜੀਤ ਦੀ ਆਪਣੀ ਕੁੜੀ ਅਜੇ ਭਿੱਖੀ ਵਿੰਡ ਬੈਠੀ ਹੈ, ਇਹਨੇ ਦਲਵੀਰ ਕੌਰ ਨੇ ਆਪਣੀ ਕੁੜੀ ਨੂੰ ਸਰਬਜੀਤ ਦੀ ਕੁੜੀ ਲਿਖਾ ਕੇ ਝੂਠ ਬੋਲ ਕੇ ਉਹਨੂੰ ਤਹਿਸੀਲਦਾਰ ਲਵਾ ਲਿਆ। ਉਹ ਜੇ ਫਿਲਮਾਂ ਵਾਲੇ ਇੱਥੋਂ ਤੱਕ ਇੱਦਾਂ ਦੇ ਕੰਮ ਵੀ ਕਰਦੇ ਪਏ ਆ, ਤੇ ਕਦੇ ਕਦੇ ਲੋਕਾਂ ਦੇ ਮਨ ਚ ਆਉਂਦਾ ਕਿ ਇਹ ਫਿਲਮਾਂ ਵਾਲੇ ਵੀ ਕੁਝ ਹੱਦਾਂ ਟੱਪ ਰਹੇ ਆ। ਇਹਦੇ ਬਾਵਜੂਦ ਮੈਂ ਸਮਝਦਾ ਕਿ ਫਿਲਮ ਗਲਤ ਹੈ, ਠੀਕ ਹੈ, ਜੇ ਉਹਨੇ ਗਲਤ ਬਣਾਈ ਹੈ ਤੇ ਤੁਸੀਂ ਕਿਸੇ ਨੂੰ ਪੈਸੇ ਦੇ ਕੇ ਇੱਕ ਹੋਰ ਫਿਲਮ ਤੁਸੀਂ ਉਹਦੇ ਬਰਾਬਰ ਤੇ ਬਣਾ ਲਓ, ਅੱਗੇ ਕਿਹੜੀਆਂ ਤੇ ਬਣੀਆਂ ਨਹੀਂ। ਉਹਦੀ ਪ੍ਰੈਸ ਕਾਨਫਰੰਸ ਜਿਹੜੀ ਕਾਂਗਰਸੀਆਂ ਰੋਕੀ, ਇਹ ਗਲਤ ਕੀਤਾ, ਇਹਨਾਂ ਨੂੰ ਕਿਸੇ ਵੀ ਸੂਰਤ ਵਿੱਚ ਇੱਦਾਂ ਦੀ ਬਦਤਮੀਜ਼ੀ ਨਹੀਂ ਸੀ ਕਰਨੀ ਚਾਹੀਦੀ। ਉਹ ਪ੍ਰੈਸ ਕਾਨਫਰੰਸ ਕਰਦਾ ਤੇ ਕਰਨ ਦਿੰਦੇ, ਦੋ ਤਿੰਨ ਥਾਵਾਂ ਤੇ ਜਿਵੇਂ ਇਹਨਾਂ ਨੇ ਪ੍ਰੈਸ ਕਾਨਫਰੰਸ ਰੋਕੀ ਉਹ ਗਲਤ ਕੀਤਾ ਗਿਆ। ਜੀ ਪੰਨੂ ਸਾਹਿਬ, ਇਰਾਨ ਨੇ ਕਿਹਾ ਕਿ ਪਾਕਿਸਤਾਨ ਸਾਡੇ ਤੇ ਹਮਲੇ ਕਰ ਰਿਹਾ। ਇਰਾਨ ਵਾਲਿਆਂ ਨੇ ਅੱਗੇ ਵੀ ਦੋ ਤਿੰਨ ਵਾਰੀ ਕਿਹਾ, ਕਿਉਂਕਿ ਪਾਕਿਸਤਾਨ ਦਾ ਬਾਰਡਰ ਜਾਂ ਸਾਡੇ ਨਾਲ ਲੱਗਦਾ ਜਾਂ ਅਫਗਾਨਿਸਤਾਨ ਤੇ ਇਰਾਨ ਨਾਲ ਲੱਗਦਾ, ਉਦਾਂ ਤੇ ਉਹ ਕਹਿੰਦਾ ਕਿ ਉਹਦਾ ਬਾਰਡਰ ਚੀਨ ਨਾਲ ਵੀ ਲੱਗਦਾ, ਪਰ ਚੀਨ ਨਾਲ ਬਾਰਡਰ ਜਿਹੜਾ ਲੱਗਦਾ ਉਹਦਾ ਨਹੀਂ ਗਾ, ਉਹ ਉਸ ਕਸ਼ਮੀਰ ਚੋਂ ਲੱਗਦਾ ਜਿਹੜਾ ਕਸ਼ਮੀਰ ਸਾਡਾ ਹੈ ਤੇ ਉਹਨੇ ਧੱਕੇ ਨਾਲ ਨਜਾਇਜ਼ ਕਬਜ਼ਾ ਕੀਤਾ ਹੋਇਆ। ਨਜਾਇਜ਼ ਕਬਜ਼ੇ ਵਾਲੇ ਬਾਰਡਰ ਨੂੰ ਬਾਰਡਰ ਨਹੀਂ ਕਿਹਾ ਜਾ ਸਕਦਾ, ਬਾਰਡਰ ਦਾ ਭਾਰਤ ਨਾਲ ਹੈ, ਇੱਥੇ ਵੀ ਆਪਣੇ ਬੰਦਿਆਂ ਤੋਂ ਘੁਸਪੈਠ ਕਰਾਉਂਦਾ ਤੇ ਵਾਰਦਾਤਾਂ ਕਰਵਾ ਰਿਹਾ,
ਬਾਰਡਰ ਅਫਗਾਨਿਸਤਾਨ ਨਾਲ ਹੈ, ਉੱਥੇ ਵੀ ਘੁਸਪੈਠ ਕਰਾਉਂਦਾ ਤੇ ਬਹੁਤ ਵੱਡੇ ਵੱਡੇ ਧਮਾਕੇ ਤੇ ਵਾਰਦਾਤਾਂ ਕਰਵਾ ਰਿਹਾ। ਹੁਣ ਇਰਾਨ ਵਾਲਿਆਂ ਨੇ ਦੂਜੀ ਤੀਜੀ ਵਾਰ ਕਹਿਤਾ ਕਿ ਸਾਡੇ ਅੰਦਰ ਤੱਕ ਆ ਕੇ ਇਹਦੇ ਬੰਦੇ ਵਾਰਦਾਤਾਂ ਕਰਦੇ ਆ ਤੇ ਮੁੜ ਜਾਂਦੇ ਆ, ਜਦੋਂ ਆਉਂਦੇ ਆ ਜੇ ਅਸੀਂ ਉਨ੍ਹਾਂ ਨੂੰ ਫੜਨ ਲੱਗਦੇ ਆ ਤੇ ਬਾਰਡਰ ਦੇ ਉੱਤੇ ਜਿਹੜੀ ਫੋਰਸ ਲੱਗੀ ਆ ਪਾਕਿਸਤਾਨ ਰੇਂਜਰਸ ਦੀ, ਉਹ ਉਨ੍ਹਾਂ ਬੰਦਿਆਂ ਨੂੰ ਕਵਰਿੰਗ ਫੈਰ ਦਿੰਦੀ ਆ ਤਾਂ ਕਿ ਉਹ ਬੰਦੇ ਨਿਕਲ ਜਾਣ, ਉਹ ਗੋਲੀਆਂ ਚਲਾਉਣ ਲੱਗ ਪੈਂਦੇ ਆ ਤੇ ਉਹ ਬੰਦੇ ਗੋਲੀਆਂ ਦੀ ਛਾਂ ਹੇਠ ਹੌਲੀ ਹੌਲੀ ਪਿੱਛੇ ਮੁੜ ਜਾਂਦੇ ਆ। ਦੋ ਦਿਨ ਪਹਿਲਾਂ, ਸ਼ਾਇਦ ਤਿੰਨ ਦਿਨ ਪਹਿਲਾਂ ਦੀ ਗੱਲ ਹੈ, ਫਿਰ ਅਚਾਨਕ ਉਹ ਬੰਦੇ ਟੱਪ ਕੇ ਗਏ ਅਫਗਾਨਿਸਤਾਨ, ਉੱਥੇ ਇਰਾਨ ਦੇ ਵਿੱਚ ਜਾ ਕੇ ਤੇ ਇਰਾਨ ਦੀ ਫੌਜ ਦੇ ਦੋ ਬੰਦੇ ਉਨ੍ਹਾਂ ਨੇ ਮਾਰੇ। ਜਦੋਂ ਫੌਜ ਅੱਗੋਂ ਪਈ ਤੇ ਉਨ੍ਹਾਂ ਚੋਂ ਦੋ ਤਿੰਨ ਜਾਣੇ ਜਿਹੜੇ ਸੀ ਉਹ ਮਾਰੇ ਵੀ ਗਏ, ਦੋ ਤਿੰਨ ਜਾਣੇ ਆਸੇ ਪਾਸੇ, ਯਾਨੀ ਵੇਖਣ ਨੂੰ ਪਹਿਲਾਂ ਲੱਗਦਾ ਸੀ ਦੋ ਜਾਂ ਤਿੰਨ ਬੰਦੇ, ਬਾਅਦ ਚ ਪਤਾ ਲੱਗਾ ਕਿ ਆਸਿਆ ਪਾਸਿਆਂ ਤੋਂ ਵੀ ਪਏ ਆ ਤੇ ਬੰਦੇ ਵੱਧ ਸੀ, ਉਨ੍ਹਾਂ ਚੋਂ ਕੁਛ ਮਾਰੇ ਵੀ ਗਏ। ਜਿਹੜੇ ਬਚ ਗਏ ਉਨ੍ਹਾਂ ਨੂੰ ਬਾਹਰ ਨਿਕਲਣ ਵਾਸਤੇ, ਵਾਪਸੀ ਦਾ ਰਾਹ ਦੇਣ ਵਾਸਤੇ ਪਾਕਿਸਤਾਨ ਦੀ ਫੋਰਸ ਜਿਹੜੀ ਬਾਰਡਰ ਤੇ ਲੱਗੀ ਹੁੰਦੀ, ਪਾਕਿਸਤਾਨ ਰੇਂਜਰਸ, ਇਨ੍ਹਾਂ ਨੇ ਬਕਾਇਦਾ ਫਾਇਰਿੰਗ ਕਰਕੇ ਉਨ੍ਹਾਂ ਨੂੰ ਇੱਕ ਕਿਸਮ ਦੀ ਨਾ ਛਤਰੀ ਇੱਕ ਪ੍ਰੋਵਾਈਡ ਕੀਤੀ, ਇੱਕ ਅੰਬਰੇਲਾ ਪ੍ਰੋਵਾਈਡ ਕੀਤਾ ਕਿ ਤੁਸੀਂ ਇਹਦੀ ਛਾਂ ਚ ਨਿਕਲੋ। ਹੁਣ ਅੱਗੇ ਇੱਕ ਦੋਸਤੀ ਦਰਵਾਜ਼ਾ ਹੁੰਦਾ ਸੀ ਅਫਗਾਨਿਸਤਾਨ ਨਾਲ, ਇੱਕ ਇਸੇ ਤਰ੍ਹਾਂ ਦਾ ਇਰਾਨ ਦੇ ਨਾਲ ਹੁੰਦਾ ਸੀ। ਹੁਣ ਇਰਾਨ ਵਾਲਿਆਂ ਨੇ ਵੀ ਆਖਿਆ ਜੀ ਅਸੀਂ ਫਿਰ ਉਹ ਦੋਸਤੀ ਦਰਵਾਜ਼ਾ ਬੰਦ ਕਰ ਦਿੰਦੇ ਹਾਂ ਕਿਉਂਕਿ ਤੁਸੀਂ ਦੋਸਤੀ ਵਾਲੀ ਗੱਲ ਤਾਂ ਕਰਦੇ ਕੋਈ ਨੀ, ਤੁਸੀਂ ਅੱਤਵਾਦ ਭੇਜਦੇ ਹੋ। ਏਡਾ ਵੱਡਾ ਦੋਸ਼ ਲਾਤਾ ਇਰਾਨ ਦੀ ਸਰਕਾਰ ਨੇ, ਉੱਥੋਂ ਦੀ ਫੌਜ ਨੇ, ਤੇ ਪਾਕਿਸਤਾਨ ਦੀ ਸਰਕਾਰ ਤੇ ਪਾਕਿਸਤਾਨ ਦੀ ਫੌਜ ਇਸ ਗੱਲ ਬਾਰੇ ਬੋਲੀ ਨੀ। ਇਹਦਾ ਮਤਲਬ ਕਿ ਸਬੂਤ ਇੰਨੇ ਸਾਫ਼ ਹੈ ਕਿ ਇਹਨਾਂ ਨੂੰ ਜਾਪਦਾ ਕਿ ਜੇ ਅਸੀਂ ਬੋਲੇ ਵੀ ਤੇ ਹੋਰ ਫਸਾਂਗੇ, ਇਸ ਕਰਕੇ ਇਹਨਾਂ ਨੇ ਚੁੱਪ ਵੱਟ ਲਈ। ਜੀ ਪੰਨੂ ਸਾਹਿਬ, ਜੀ ਐਸ ਟੀ ਦਾ ਮਾਮਲਾ ਜੀ ਕਾਫੀ ਗਰਮਾਇਆ ਹੋਇਆ ਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਹੁਣ ਇੱਕ ਚਿੱਠੀ ਲਿਖੀ ਹੈ ਇਸ ਮਾਮਲੇ ਦੇ ਬਾਰੇ ਕਿ ਜਿਹੜਾ ਲੰਗਰ ਦੇ ਵਿਚ ਜੀ ਐਸ ਟੀ ਹੈ ਜੀ, ਉਸ ਨੂੰ ਰੋਕਿਆ ਜਾਵੇ, ਨਾ ਲਾਇਆ ਜਾਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਪਹਿਲਾਂ ਦਿੱਲੀ ਨੂੰ ਦੋ ਚਿੱਠੀਆਂ ਲਿਖੀਆਂ ਨੇ ਖਜ਼ਾਨਾ ਮੰਤਰੀਆਂ ਜੀ ਕਿ ਸਾਡੇ ਲੰਗਰ ਜਿਹੜੇ ਆ ਕੋਈ ਪ੍ਰਾਫਿਟ ਵਾਲਾ ਕਾਰੋਬਾਰ ਤੇ ਹੈ ਨਹੀਂ, ਇੱਥੇ ਤਾਂ ਮੁਫ਼ਤ ਲੋਕਾਂ ਨੂੰ ਖਾਣਾ ਦਿੱਤਾ ਜਾਂਦਾ, ਗੁਰੂ ਸਾਹਿਬ ਦੇ ਵੇਲੇ ਤੋਂ ਰਵਾਇਤ ਹੈ, ਤੁਸੀਂ ਇਹਦੇ ਉੱਤੇ ਜੀ ਐਸ ਟੀ ਨਾ ਲਾਓ। ਪਹਿਲਾਂ ਮਨਮੋਹਨ ਸਿੰਘ ਦੀ ਸਰਕਾਰ ਨੇ ਵੀ ਇਹਦੇ ਉੱਤੇ ਵੈਟ ਨਹੀਂ ਸੀ ਲਾਇਆ ਤੇ ਜੇ ਉਹਨਾਂ ਨੇ ਲਾਇਆ ਤੇ ਤੁਸੀਂ ਉਹ ਨਾ ਲਾਓ। ਇਹੋ ਗੱਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਨੇ ਵੀ ਅਰੁਣ ਜੇਤਲੀ ਨੂੰ, ਕੇਂਦਰੀ ਖਜ਼ਾਨਾ ਮੰਤਰੀ ਨੂੰ ਲਿਖੀ ਹੋਈ ਆ। ਇਹਨਾਂ ਦੋਵਾਂ ਦੇ ਲਿਖੇ ਜਾਣ ਤੋਂ ਬਾਅਦ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਇੱਕ ਚਿੱਠੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖ ਦਿੱਤੀ, ਹਾਲਾਂਕਿ ਉਹਨੂੰ ਵੀ ਇਸ ਗੱਲ ਦਾ ਪਤਾ ਕਿ ਜੀ ਐਸ ਟੀ ਕੈਪਟਨ ਅਮਰਿੰਦਰ ਸਿੰਘ ਨੇ ਨਹੀਂ ਲਾਉਣਾ ਤੇ ਨਾ ਉਹਨੇ ਹਟਾਉਣਾ ਹੀ ਆ, ਇਹ ਤਾਂ ਕੰਮ ਹੈਗਾ ਕੇਂਦਰ ਸਰਕਾਰ ਦਾ। ਜੇ ਕੇਂਦਰ ਵਿਚ ਉਦਾਂ ਗੱਲ ਨਹੀਂ ਬਣਦੀ ਤੇ ਅਕਾਲੀਆਂ ਦੀ ਇੱਕ ਬੀਬੀ ਉੱਥੇ ਮੰਤਰੀ ਆ, ਉਹ ਜਾ ਕੇ ਪ੍ਰਧਾਨ ਮੰਤਰੀ ਦੇ ਦੁਆਲੇ ਹੋਵੇ ਜਾਂ ਖਜ਼ਾਨਾ ਮੰਤਰੀ ਨੂੰ ਜਾ ਕੇ ਮਿਲ ਕੇ ਆਖੇ ਕਿ ਸਾਡੀ ਇਸ ਤਰ੍ਹਾਂ ਪੋਜੀਸ਼ਨ ਬੜੀ ਖਰਾਬ ਹੁੰਦੀ ਹੈ ਤੇ ਤੁਸੀਂ ਇੱਥੇ ਦਰਬਾਰ ਸਾਹਿਬ ਤੇ ਲੰਗਰ ਤੇ ਜੀ ਐਸ ਟੀ ਨਾ ਲਓ। ਉਸ ਬੀਬੀ ਨੇ ਅੱਜ ਤੱਕ ਕੁਛ ਨਹੀਂ ਕੀਤਾ। ਹੁਣ ਜਦੋਂ ਕਿਰਪਾਲ ਸਿੰਘ ਬਡੂੰਗਰ ਨੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਇਹ ਚਿੱਠੀ ਲਿਖ ਦਿੱਤੀ, ਅਮਰਿੰਦਰ ਸਿੰਘ ਨੇ ਉਸ ਚਿੱਠੀ ਨੂੰ ਲੈ ਕੇ ਉਸੇ ਵੇਲੇ ਕੇਂਦਰ ਸਰਕਾਰ ਨੂੰ ਆਖਿਆ ਕਿ ਜਿੰਨੇ ਧਾਰਮਿਕ ਸਥਾਨ ਹੈ ਇਹਨਾਂ ਦੇ ਉੱਤੇ ਮਨਮੋਹਨ ਸਿੰਘ ਦੀ ਸਰਕਾਰ ਨੇ ਕੋਈ ਵੈਟ ਲਾਗੂ ਨਹੀਂ ਸੀ ਕੀਤਾ, ਤੇ ਮੈਂ ਤੁਹਾਨੂੰ ਵੀ ਇਹ ਕਹਿਣਾ ਕਿ ਦਰਬਾਰ ਸਾਹਿਬ ਤੇ ਹੋਰ ਥਾਵਾਂ ਦੇ ਉੱਤੇ ਜਿਹੜਾ ਇਹ ਤੁਸੀਂ ਜੀ ਐਸ ਟੀ ਲਾਗੂ ਕਰਦੇ ਪਏ ਇਹ ਬਹੁਤ ਜ਼ਿਆਦਾ, ਇਹਨੂੰ ਤੁਸੀਂ ਹਟਾ ਲਓ। ਮੇਰਾ ਖਿਆਲ ਅਮਰਿੰਦਰ ਸਿੰਘ ਦਾ ਇਹ ਬਿਆਨ ਕਾਫੀ ਹੱਦ ਤੱਕ ਠੀਕ ਹੈ ਜਿਹੜੀ ਉਹਨੇ ਚਿੱਠੀ ਲਿਖੀ ਆ, ਪਰ ਇਹਦੇ ਦੌਰਾਨ ਇੱਕ ਨਵੀਂ ਗੱਲ ਹੋਰ ਆ ਗਈ ਜੀ। ਉਹ ਇੱਕ ਬਹੁਤ ਵੱਡੀ ਚੈਰੀਟੇਬਲ ਸਾਡੀ ਸੰਸਥਾ ਜਿਹੜੀ ਨਥਾਵਿਆਂ ਦੀ ਥਾਂ ਹੈ ਉਹਨਾਂ ਵਾਸਤੇ ਮਦਦ ਦਾ ਆਸਰਾ, ਉਹਨੂੰ ਕਹਿੰਦੇ ਆ ਪਿੰਗਲਵਾੜਾ ਅੰਮ੍ਰਿਤਸਰ ਜੀ। ਸਾਰੀ ਦੁਨੀਆਂ ਜਾਣਦੀ ਹੈ ਕਿ ਪਿੰਗਲਵਾੜਾ ਅੰਮ੍ਰਿਤਸਰ ਚ ਉਹਨਾਂ ਲੋਕਾਂ ਦੀ ਸੇਵਾ ਕੀਤੀ ਜਾਂਦੀ, ਸੰਭਾਲ ਕੀਤੀ ਜਾਂਦੀ ਹੈ ਜਿਨ੍ਹਾਂ ਦਾ ਕੋਈ ਨੀ ਹੈਗਾ, ਹਰ ਕਿਸਮ ਦੇ ਰੋਗ ਵਾਲੇ ਲੋਕ ਉੱਥੇ ਲਿਆ ਕੇ ਰੱਖੇ ਜਾਂਦੇ, ਉਹਨਾਂ ਨੂੰ ਸੰਭਾਲਿਆ ਜਾਂਦਾ। ਪਹਿਲਾਂ ਭਗਤ ਪੂਰਨ ਸਿੰਘ ਜੀ ਇਹ ਕੰਮ ਕਰਦੇ ਹੁੰਦੇ ਸਨ, ਉਹਨਾਂ ਤੋਂ ਬਾਅਦ ਇੱਕ ਬੀਬੀ ਜਿਹੜੀ 1968 ਚ ਐਮ ਬੀ ਬੀ ਐਸ ਕਰਨ ਤੋਂ ਲੈ ਕੇ ਅੱਜ ਤੱਕ ਤਕਰੀਬਨ 50 ਸਾਲ ਉਹ ਚੱਲੇ, ਇੰਨੇ ਲੰਬੇ ਸਮੇਂ ਤੋਂ ਉੱਥੇ ਬੈਠੀ, ਉਹ ਬਹੁਤ ਵੱਡਾ ਆਪਣਾ ਨਰਸਿੰਗ ਹੋਮ ਹਸਪਤਾਲ ਖੋਲ ਸਕਦੀ ਸੀ, ਇਹਦੇ ਬਜਾਏ ਸੇਵਾ ਤੇ ਲੱਗੀ ਰਹੀ ਹੈ। ਉੱਥੇ ਸੇਵਾ ਭਾਵਨਾ ਵਾਲੇ ਲੋਕ ਆਉਂਦੇ ਆ, ਉਹਨਾਂ ਨੇ ਲਿਖਿਆ ਕਿ ਸਾਡੀ ਜਿਹੜੀ ਇਹ ਸੰਸਥਾ ਜੇ ਲੋਕਾਂ ਦੇ ਪੰਜੀ ਦੁਖੀ ਦੇ ਦਾਨ ਨਾਲ ਚੱਲਦੀ ਹੈ, ਸਾਡੇ ਉੱਤੇ ਵੈਟ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਨੇ ਲਾਗੂ ਨਹੀਂ ਸੀ ਕੀਤਾ, ਪਰ ਤੁਸੀਂ ਜੀ ਐਸ ਟੀ ਕਰ ਰਹੇ ਹੋ, ਘੱਟੋ ਘੱਟ ਇਹ ਤਾਂ ਵੇਖ ਲਓ ਕਿ ਇਹੋ ਜਿਹੇ ਅਦਾਰੇ ਜਿਹੜੇ ਲੋਕ ਸੇਵਾ ਵਾਸਤੇ ਆ, ਦੀਨ ਦੁਖੀਆਂ ਦੀ ਬਹੁਤ ਅੜੇ ਥੋੜਾ ਦੀ ਮਦਦ ਕਰਨ ਵਾਲੇ, ਤੁਸੀਂ ਇਹਦੇ ਉੱਤੇ ਵੀ ਲੈ ਜਾਂਦੇ, ਇਹ ਚੰਗੀ ਗੱਲ ਥੋੜੀ ਹੈ। ਹੁਣ ਕੈਪਟਨ ਅਮਰਿੰਦਰ ਸਿੰਘ ਤੱਕ ਅੱਜ ਇਹ ਗੱਲ ਪਹੁੰਚੀ ਹੈ, ਹੋ ਸਕਦਾ ਕੱਲ ਕੈਪਟਨ ਅਮਰਿੰਦਰ ਸਿੰਘ ਇਹਦੇ ਉੱਤੇ ਵੀ ਚਿੱਠੀ ਲਿਖ ਦੇਵੇ, ਕਿਉਂਕਿ ਉਹਨੂੰ ਵੀ ਪਤਾ ਕਿ ਪਿੰਗਲਵਾੜਾ ਸਿਰਫ਼ ਤੇ ਸਿਰਫ਼ ਸੇਵਾ ਦਾ ਅਦਾਰਾ, ਇੱਥੇ ਕਿਸੇ ਕਿਸਮ ਦਾ ਕੋਈ ਕਾਰੋਬਾਰ ਤਾਂ ਹੁੰਦਾ ਹੀ ਨਹੀਂ ਪਿਆ,
ਆਸ ਕਰਨੀ ਚਾਹੀਦੀ ਹੈ ਕਿ ਜ਼ਰੂਰ ਲਿਖਣਗੇ ਜੀ। ਕੈਪਟਨ ਦੀ ਅਗਲੀ ਗੱਲ ਵੀ ਕਰੀਏ ਜੀ, ਉਹਨਾਂ ਨੇ ਉਹਨਾਂ ਦੀ ਸਰਕਾਰ ਹੈ ਜਿਹੜੀ ਕੁਛ ਨਵੇਂ ਫੈਸਲੇ ਨੇ, ਵੱਖਰੇ ਫੈਸਲੇ ਆ, ਨੀਂਹ ਪੱਥਰਾਂ ਦੇ ਉੱਤੇ ਵੀ ਥੋੜਾ ਜਿਹਾ ਅਪਡੇਟ ਹੋਇਆ ਜੀ ਕੰਮ, ਦਫ਼ਤਰਾਂ ਦੇ ਖੁੱਲਣ ਦਾ ਸਮਾਂ, ਤੇ ਕਹਿ ਰਿਹਾ ਕਿ ਰਿਟਾਇਰਮੈਂਟ ਦੀ ਜਿਹੜੀ ਉਮਰ ਹੈ ਉਹ ਵੀ ਥੋੜੀ ਜਿਹੀ ਘਟਾ ਦਿਆਂਗੇ। ਰਿਟਾਇਰਮੈਂਟ ਦੀ ਉਮਰ ਬਾਰੇ ਵੀ ਉਹਨਾਂ ਨੇ ਫੈਸਲਾ ਕਰ ਦਿੱਤਾ ਕਿ 2 ਸਾਲ ਘਟਾਤੀ ਹੈ। ਦੂਸਰਾ, ਉਹਨਾਂ ਨੇ ਕਈ ਚੰਗੇ ਕੰਮ ਕੀਤੇ ਆ ਜਿਨ੍ਹਾਂ ਦਾ ਕਰਕੇ ਅਮਰਿੰਦਰ ਸਿੰਘ ਦੀ ਸਿਫਤ ਕਰਨੀ ਚਾਹੀਦੀ ਹੈ। ਪਹਿਲਾਂ ਤਾਂ ਉਹਨੇ ਆ ਕੇ ਲਾਲ ਬੱਤੀਆਂ ਬੰਦ ਕੀਤੀਆਂ ਤੇ ਉਹਦੇ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਬੰਦ ਕੀਤੀਆਂ ਸਾਰੇ ਦੇਸ਼ ਵਾਸਤੇ, ਪਹਿਲ ਅਮਰਿੰਦਰ ਸਿੰਘ ਨੇ ਕੀਤੀ। ਇਹ ਜਿਹੜਾ ਹੁਣ ਉਹਨੇ ਕੀਤਾ ਇੱਕ ਨੀਂਹ ਪੱਥਰਾਂ ਬਾਰੇ ਕਿ MLA ਤੇ ਚੇਅਰਮੈਨ ਨੀਂਹ ਪੱਥਰ ਨਹੀਂ ਰੱਖ ਸਕਣਗੇ। ਕਾਂਗਰਸ ਪਾਰਟੀ ਦੇ MLA ਇਸ ਗੱਲ ਤੋਂ ਤੜਫਦੇ ਤਾਂ ਹੋਣਗੇ ਕਿ ਮਸਾਂ ਹੀ ਮੌਕਾ ਮਿਲਣ ਲੱਗਾ ਸੀ, ਪਹਿਲਾਂ ਸਾਨੂੰ ਲਾਲ ਬੱਤੀ ਨਹੀਂ ਲਾਉਣ ਦਿੱਤੀ, ਹੁਣ ਨੀਂਹ ਪੱਥਰ ਰੱਖਣ ਦਾ ਖੋਲਿਆ, ਉਸ ਗੱਲ ਤੇ ਨਾਰਾਜ਼ ਹੋਣਗੇ। ਪਰ ਉਹਨੇ ਕਹਿਤਾ ਕਿ ਨੀਂਹ ਪੱਥਰਾਂ ਦੇ ਨਾਂ ਤੇ ਵੱਡੇ ਵੱਡੇ ਸਮਾਗਮ ਕਰਕੇ ਜਿਹੜਾ ਪੈਸਾ ਫੂਕਿਆ ਜਾਂਦਾ ਉਹ ਪੈਸਾ ਨਹੀਂ ਫੂਕਣ ਦੇਣਾ, ਬੰਦ ਕਰੋ। ਤੀਸਰੀ ਗੱਲ ਉਹਨੇ ਕੀਤੀ ਹੈ ਕਿ ਸਰਕਾਰੀ ਅਫਸਰਾਂ ਨੂੰ ਹਦਾਇਤਾਂ ਕਰ ਦਿੱਤੀਆਂ ਕਿ ਮੁੱਖ ਮੰਤਰੀ ਆਵੇ ਤੇ ਉੱਥੇ ਕੋਈ ਜ਼ਰੂਰੀ ਨਹੀਂ ਕਿ IG ਨੇ ਵੀ ਜਾਣਾ, DIG ਨੇ ਵੀ ਜਾਣਾ, SSP ਨੇ ਵੀ ਜਾਣਾ, ਡਿਪਟੀ ਕਮਿਸ਼ਨਰ ਨੇ ਵੀ ਜਾਣਾ ਤੇ 6 ਜ਼ਿਲ੍ਹਿਆਂ ਦੇ ਕਮਿਸ਼ਨਰ ਨੇ ਵੀ ਜਾਣਾ ਤੇ ਹਸਪਤਾਲਾਂ ਦੇ ਸਿਵਲ ਸਰਜਨ ਜਿਹਨੂੰ ਚੀਫ ਮੈਡੀਕਲ ਅਫਸਰ ਕਹਿੰਦੇ ਉਹਨੇ ਵੀ ਜਾਣਾ, ਡਰੇਨਾਂ ਦਾ ਚੀਫ ਇੰਜੀਨੀਅਰ ਵੀ ਜਾਊਗਾ, ਨਹਿਰਾਂ ਦਾ ਵੀ ਜਾਊ, ਪਾਵਰ ਕਾਮ ਦਾ ਵੀ ਜਾਊ, ਇਹ ਸਾਰੇ ਉਹਦੇ ਕੋਲ ਕਦ ਲਈ ਜਾਂਦੇ ਆ। ਉਹਨੇ ਕਹਿਤਾ ਕਿ ਜਿਹੜੇ ਵੀ ਜ਼ਿਲ੍ਹੇ ਵਿਚ ਮੁੱਖ ਮੰਤਰੀ ਨੇ ਜਾਣਾ ਹੋਵੇ ਉਹਦੇ ਜਾਣ ਤੋਂ ਇੱਕ ਦਿਨ ਪਹਿਲਾਂ ਡਿਪਟੀ ਕਮਿਸ਼ਨਰ ਫੈਸਲਾ ਕਰਕੇ ਪ੍ਰੋਟੋਕੋਲ ਦੇ ਮੁਤਾਬਕ ਇੱਕ ਗਾਈਡਡ ਅਫਸਰ ਦੀ ਡਿਊਟੀ ਲਾ ਦੇਗਾ ਕਿ ਜਦ ਤੱਕ ਮੁੱਖ ਮੰਤਰੀ ਨੇ ਇੱਥੇ ਰਹਿਣਾ ਇਹ ਗਾਈਡਡ ਅਫਸਰ ਤੇ ਇੱਕ DSP ਗਾਈਡਡ ਅਫਸਰ ਇਹ ਮੁੱਖ ਮੰਤਰੀ ਨਾਲ ਰਹਿਣਗੇ, ਹੋਰ ਕੋਈ ਵੀ ਉਹਨੇ ਆਖਿਆ ਮੇਰੇ ਮਗਰ ਬਿਲਕੁਲ ਨਾ ਜਾਇਓ, ਆਪੋ ਆਪਣੇ ਦਫ਼ਤਰਾਂ ਵਿਚ ਬੈਠ ਕੇ ਲੋਕਾਂ ਦੇ ਕੰਮ ਜਿਹੜੇ ਆ ਉਹ ਕਰੋ, ਤੁਹਾਨੂੰ ਮੇਰੇ ਕੋਲ ਆਉਣ ਦੀ ਲੋੜ ਨਹੀਂ। ਇਹ ਬਹੁਤ ਵੱਡੀ ਗੱਲ, ਅੱਗੇ ਜਦੋਂ ਮੁੱਖ ਮੰਤਰੀ ਨੇ ਆਉਣਾ ਹੁੰਦਾ ਸੀ ਉਹਦੇ ਮਗਰ 60-60 ਗੱਡੀਆਂ ਦਾ ਕਾਫਲਾ ਹੁੰਦਾ ਸੀ, ਕਹਿੰਦਾ ਮੈਨੂੰ ਚਾਹੀਦਾ ਜੀ। ਉਦੋਂ ਵੱਡੇ ਅਫਸਰ ਚੱਲ ਜਾਂਦੇ ਸੀ VIP ਡਿਊਟੀ ਤੇ ਮੁੱਖ ਮੰਤਰੀ ਦੇ ਮਗਰ, ਤੇ ਛੋਟਾ ਅਮਲਾ ਪਹਿਲਾਂ ਕਲਰਕਾਂ ਚ ਵੀ ਕਿਸੇ ਨੂੰ ਕੰਮ ਪੁੱਛਿਆ ਤੇ ਉਹ ਕਹਿੰਦੇ ਜੀ VIP ਡਿਊਟੀ ਚੱਲਦੀ ਪਈ, ਅੱਜ ਇਹ ਕੰਮ ਨਹੀਂ ਕਰ ਸਕਦੇ, ਉਹਨੇ ਦਿਨ ਕੰਮ ਨਹੀਂ ਹੁੰਦਾ ਜੀ। ਅਮਰਿੰਦਰ ਸਿੰਘ ਨੇ ਫੈਸਲਾ ਕੀਤਾ ਤੇ ਚੰਗਾ ਕੀਤਾ। ਇੱਕ ਗੱਲ ਉਹਨੇ ਹੋਰ ਚੰਗੀ ਕੀਤੀ ਉਹ ਇਹ ਕਿ ਅੱਗੋਂ ਆ ਰਹੀਆਂ ਨੇ ਪੰਚਾਇਤ ਸਮਿਤੀ ਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ। ਬੇਅੰਤ ਸਿੰਘ ਦੀ ਸਰਕਾਰ ਦੇ ਵੇਲੇ ਤੋਂ ਮੈਂ ਦੇਖਦਾ ਪਿਆ ਰਿਜ਼ਰਵੇਸ਼ਨ ਲਾਗੂ ਕਰ ਦਿੱਤੀ, ਫਲਾਣੇ ਪਿੰਡ ਦੀ ਸਰਪੰਚੀ ਸ਼ਡਿਊਲਡ ਕਾਸਟ ਰਿਜ਼ਰਵ ਵਾਸਤੇ ਆ, ਫਲਾਣੇ ਪਿੰਡ ਦੀ ਔਰਤਾਂ ਵਾਸਤੇ ਆ ਤੇ ਫਲਾਣੇ ਪਿੰਡ ਦੀ ਔਰਤ ਵਾਸਤੇ ਆ ਤੇ ਔਰਤਾਂ ਵਿੱਚੋਂ ਵੀ ਸ਼ਡਿਊਲਡ ਕਾਸਟ ਔਰਤ ਵਾਸਤੇ, ਉਹ ਸੂਚੀਆਂ ਬਣ ਜਾਂਦੀਆਂ ਸੀ ਵੋਟਾਂ ਪੈਣ ਤੋਂ ਇੱਕ ਦਿਨ ਪਹਿਲਾਂ ਜਦੋਂ ਪੂਰੀ ਤਿਆਰੀ ਹੋ ਜਾਂਦੀ ਸੀ ਤੇ ਚੰਡੀਗੜ੍ਹ ਤੋਂ ਹੁਕਮ ਆਜਦਾ ਸੀ ਨਹੀਂ ਜੀ ਫਲਾਣੇ ਪਿੰਡ ਕੱਟ ਕੇ ਹੁਣ ਫਲਾਣੇ ਰਿਜ਼ਰਵ ਕਰਤੇ, ਰਾਤ ਨੂੰ ਲੋਕੀ ਔਖੇ ਸੌਖੇ ਕਹਿੰਦੇ ਚਲੋ ਸ਼ਾਇਦ ਇੱਦਾਂ ਹੀ ਸਹੀ, ਅਗਲੇ ਦਿਨ ਸਵੇਰੇ ਵੋਟਾਂ ਪੈਣ ਲੱਗਦੀਆਂ ਸੀ ਤੇ ਫਿਰ ਇੱਕ ਆਰਡਰ ਆ ਜਾਂਦਾ ਸੀ ਕਿ ਫਲਾਣੇ ਰਿਜ਼ਰਵ ਤੋੜ ਦਿੱਤੇ ਆ ਤੇ ਫਲਾਣੇ ਨਵੇਂ ਕਰ ਦਿੱਤੇ। ਇਹਦੇ ਨਾਲ ਅਨਸਰਟਨਟੀ ਵੀ ਸੀ, ਲੋਕਾਂ ਵਿਚ ਗੁੱਸਾ ਵੀ ਵੱਧਦਾ ਸੀ, ਕਈ ਕਿਸਮ ਦੀਆਂ ਗੱਲਾਂ ਵੀ ਚੱਲਦੀਆਂ ਸੀ, ਭ੍ਰਿਸ਼ਟਾਚਾਰ ਵੀ ਹੁੰਦਾ ਸੀ। ਹੁਣ ਅਮਰਿੰਦਰ ਸਿੰਘ ਦੀ ਸਰਕਾਰ ਨੇ ਇਹ ਕਹਿਤਾ ਕਿ ਇੱਕ ਨੋਟੀਫਿਕੇਸ਼ਨ ਜਾਰੀ ਕਰ ਦੇਣਾ, ਪੰਚਾਇਤਾਂ ਦੇ ਡਾਇਰੈਕਟਰ ਨੂੰ ਕਹਿਤਾ ਕਿ ਨੋਟੀਫਿਕੇਸ਼ਨ ਤੂੰ ਤਿਆਰ ਕਰ ਲੈ ਕਿਹੜੇ ਕਿਹੜੇ ਪਿੰਡ ਰਿਜ਼ਰਵ ਕਰਨੇ ਆ, ਉਹਨਾਂ ਚੋਂ ਇਸਤਰੀ ਰਿਜ਼ਰਵ ਕਿਹੜੇ ਆ ਤੇ ਦੂਸਰੇ ਰਿਜ਼ਰਵ ਕਿਹੜੇ ਆ, ਇਹ ਸਾਰਾ ਕੁਝ ਕਰਕੇ ਤੇ ਨੋਟੀਫਾਈ ਕਰ ਦਿਓ ਤੇ ਉਹਦੇ ਬਾਅਦ ਚੋਣਾਂ ਦੌਰਾਨ ਕਿਸੇ ਵੀ ਪਿੰਡ ਦੀ ਰਿਜ਼ਰਵੇਸ਼ਨ ਤੋੜੀ ਨਹੀਂ ਜਾਵੇਗੀ ਤੇ ਕਿਸੇ ਵੀ ਪਿੰਡ ਨੂੰ ਨਵੀਂ ਰਿਜ਼ਰਵੇਸ਼ਨ ਜਿਹੜੀ ਆ ਉਹ ਦਿੱਤੀ ਨਹੀਂ ਜਾਵੇਗੀ। ਹੁਣ ਲੱਗਦਾ ਹੈ ਕਿ ਚੋਣਾਂ ਚ MLA ਨੇ ਬਹੁਤ ਜ਼ਿਆਦਾ ਰੋਸ ਕਰਨਾ, ਜਾ ਕੇ ਪ੍ਰੈਸ਼ਰ ਪਾਉਣਾ, ਕੋਈ ਥਾਵਾਂ ਦੀ ਰਿਜ਼ਰਵੇਸ਼ਨ ਤੋੜੀ ਵੀ ਜਾ ਸਕਦੀ, ਕੋਈ ਦੀ ਜੋੜੀ ਵੀ ਜਾ ਸਕਦੀ ਹੈ। ਜੇ ਕੈਪਟਨ ਅਮਰਿੰਦਰ ਸਿੰਘ ਇਹੋ ਜਿਹੇ ਪ੍ਰੈਸ਼ਰ ਥੱਲੇ ਆ ਗਏ ਤੇ ਉਹਦੀ ਪੋਜੀਸ਼ਨ ਖਰਾਬ ਹੈ, ਤੇ ਜੇ ਉਹ ਟਿਕ ਕੇ SOI ਚੋਣਾਂ ਇਹੋ ਜਿਹੀਆਂ ਕਰਵਾ ਜਾਵੇ ਤੇ ਫਿਰ ਉਹਦੀ ਪੋਜੀਸ਼ਨ ਬਹੁਤ ਬਣੇਗੀ। ਇੱਕ ਪਾਦਰੀ ਆ ਜਿਹੜਾ ਜੀ ਉਸਦਾ ਕਤਲ ਹੋਇਆ, ਇਸ ਤੋਂ ਪਹਿਲਾਂ 2 ਹੋਰ ਕਤਲ ਆ ਜਿਹੜੇ ਵੱਖ ਵੱਖ ਆਗੂਆਂ ਦੇ ਹੋ ਚੁੱਕੇ ਆ, ਮੋਟਰਸਾਈਕਲ ਸਵਾਰਾਂ ਨੇ ਕੀਤੇ। ਉਹ ਬਾਦਲ ਸਰਕਾਰ ਵੇਲੇ ਸੀ, ਇਹ ਕੈਪਟਨ ਸਰਕਾਰ ਵੇਲੇ ਆ, ਤੇ ਬਾਦਲ ਸਾਹਿਬ ਇਹ ਵੀ ਗੱਲ ਕਹਿੰਦਾ ਜੀ ਕਿ ਅਸੀਂ ਤਾਂ ਪੂਰਾ ਅਮਨ ਅਮਾਨ ਕਾਇਮ ਕਰਕੇ ਛੱਡ ਕੇ ਗਏ ਸੀ, ਦੇਖ ਲਓ ਕੈਪਟਨ ਸਾਹਿਬ ਦੀ ਸਰਕਾਰ ਆਈ ਹੈ ਕੀ ਕੁਛ ਹੋ ਰਿਹਾ। ਬਾਦਲ ਸਾਹਿਬ ਏਦਾਂ ਦੀਆਂ ਗੱਲਾਂ ਕਰ ਜਾਂਦੇ ਆ ਜਿਨ੍ਹਾਂ ਦਾ ਕੋਈ ਮਤਲਬ ਨਹੀਂ ਹੁੰਦਾ। ਉਹਨਾਂ ਕਹਿਤਾ ਜੀ ਮੇਰੇ ਰਾਜ ਚ ਅਮਨ ਕਾਨੂੰਨ ਠੀਕ ਸੀ, ਕਦੇ ਕੋਈ ਮਾੜੀ ਗੱਲ ਨਹੀਂ ਹੋਈ। ਬ੍ਰਿਗੇਡੀਅਰ ਜਗਦੀਸ਼ ਗਗਨੇਜਾ ਦਾ ਜਲੰਧਰ ਦੇ ਜੋਤੀ ਚੌਕ ਵਿਚ, ਜਿੱਥੇ ਬਹੁਤ ਰਸ਼ ਵਾਲਾ ਇਲਾਕਾ ਤੇ ਸਭ ਤੋਂ ਵੱਡਾ ਕਾਰੋਬਾਰੀ ਕੇਂਦਰ ਹੈ, ਉੱਥੇ ਕਤਲ ਹੋਇਆ ਸੀ, ਉਹਦੇ ਬੰਦੇ ਅੱਜ ਤੱਕ ਨਹੀਂ ਫੜੇ ਗਏ। ਨਾਮਧਾਰੀ ਦਰਬਾਰ ਦੀ ਮਾਤਾ ਚੰਦ ਕੌਰ ਜਿਹਨੂੰ ਗੁਰੂ ਮਾਤਾ ਕਹਿੰਦੇ ਸੀ, ਉਹਦਾ ਕਤਲ ਨਾਮਧਾਰੀ ਦਰਬਾਰ ਚ ਹੋਇਆ, ਉਹ ਬੰਦੇ ਤਾਂ ਅੱਜ ਤੱਕ ਨਹੀਂ ਫੜੇ ਗਏ। ਬਾਦਲ ਸਾਹਿਬ ਦੇ ਆਪਣੇ ਰਾਜ ਵਿਚ ਬਹੁਤ ਸਾਰੀਆਂ ਵਾਰਦਾਤਾਂ ਹੋਈਆਂ ਜਿਨ੍ਹਾਂ ਦੇ ਬੰਦੇ ਨਹੀਂ ਫੜੇ ਗਏ।
ਹੁਣ ਇਹਦੀ ਵਾਰੀ ਆਖੀ ਜਾਂਦੇ ਕਹਿੰਦੇ ਇਹਨੇ ਤਾਂ ਆ ਕੇ ਮਾਹੌਲ ਵਿਗਾੜ ਦਿੱਤਾ ਜੀ, ਪੰਜਾਬ ਤਾਂ ਬੜਾ ਸ਼ਾਂਤ ਹੁੰਦਾ ਸੀ, ਅਸੀਂ ਸੰਭਾਲ ਕੇ ਰੱਖਿਆ ਸੀ, ਇਹਨਾਂ ਨੇ ਗੜਬੜ ਕਰ ਦਿੱਤੀ। ਸੱਚਾਈ ਇਹ ਹੈ ਕਿ ਉਹਨਾਂ ਦੇ ਰਾਜ ਵਿਚ ਵੀ ਗੜਬੜ ਸੀ ਜੀ, ਨਵੇਂ ਰਾਜ ਵਿਚ ਵੀ ਅਜੇ ਤੱਕ ਇਹ ਗੜਬੜ ਰੋਕੀ ਨੀ ਜਾ ਸਕੀ। ਕੱਲ ਨੂੰ ਰੋਕ ਸਕਦੇ ਕਿ ਨਹੀਂ ਤੁਹਾਨੂੰ ਪਤਾ ਨੀ, ਪਰ ਅਜੇ ਤੱਕ ਗੜਬੜ ਹੈਗੀ ਆ। ਆ ਕੱਲ ਦੀ ਗੱਲ ਹੈ, ਉੱਥੇ ਕੋਟਕਪੁਰੇ ਦੇ ਵਿਚ ਇੱਕ ਗੈਂਗਸਟਰ ਮਾਰ ਦਿੱਤਾ ਗਿਆ, ਦੂਜੇ ਗੈਂਗ ਵਾਲਿਆਂ ਨੇ ਮਾਰਿਆ, ਪਹਿਲਾਂ ਜੇਲ੍ਹ ਵਿਚ ਵੀ ਆਪੋ ਚ ਲੜਦੇ ਰਹੇ। ਇੱਦਾਂ ਦੀਆਂ ਘਟਨਾਵਾਂ ਕਾਫੀ ਲਗਾਤਾਰ ਹੋ ਰਹੀਆਂ ਨੇ। ਹੁਣ ਜਿਹੜਾ ਇਹ ਈਸਾਈ ਪਾਦਰੀ ਦਾ ਕਤਲ ਹੈ, ਦੇਖੋ ਨਾ ਤਾਂ ਉਹਨਾਂ ਦਾ ਸਿੱਖਾਂ ਨਾਲ ਇਸ ਵੇਲੇ ਟਕਰਾਅ ਚੱਲਦਾ ਪਿਆ, ਨਾ ਹਿੰਦੂਆਂ ਨਾਲ ਟਕਰਾਅ ਚੱਲਦਾ ਪਿਆ। ਇੱਦਾਂ ਲੱਗਦਾ ਕੋਈ ਨਾ ਕੋਈ ਗੁੰਡਾ ਗੈਂਗ ਹੈ ਜਿਹੜਾ ਪੰਜਾਬ ਦੇ ਅਮਨ ਨੂੰ ਅੱਗ ਲਾਉਣੀ ਚਾਹੁੰਦਾ, ਤੇ ਉਸ ਗੈਂਗ ਦੇ ਵਿਚੋਂ ਕੁਛ ਲੋਕਾਂ ਨੇ ਕਤਲ ਕੀਤਾ ਜਾਂ ਕਰਾਇਆ, ਇਹ ਹੋ ਸਕਦਾ। ਈਸਾਈ ਭਾਈਚਾਰੇ ਨੇ ਪਹਿਲੇ ਦਿਨ ਤਾਂ ਰੋਸ ਕੀਤਾ ਬਹੁਤ ਜ਼ਬਰਦਸਤ, ਔਰ ਰਸਤੇ ਰੋਕੇ, ਸੜਕਾਂ ਜਾਮ ਕੀਤੀਆਂ ਜੀ। ਪਰ ਕੱਲ ਦੇ ਉਹ ਬਾਅਦ ਚ ਇਸ ਗੱਲ ਤੇ ਸਹਿਮਤ ਹੋ ਗਏ ਕਿ ਪੁਲਿਸ ਆਪਣੀ ਇਨਵੈਸਟੀਗੇਸ਼ਨ ਜਾਰੀ ਰੱਖੇਗੀ, ਤੇ ਅੱਜ ਉਹਦੀ ਲਾਸ਼ ਹੋਈ ਦਫਨਾ ਦਿੱਤੀ ਗਈ, ਜੋ ਕੁਛ ਕਰਨਾ ਸੀ ਕਰ ਦਿੱਤਾ ਗਿਆ। ਉਦਾਂ ਇਹ ਗੱਲ ਮਾੜੀ ਹੈ ਕਿਸ ਤਰ੍ਹਾਂ ਦੀਆਂ ਘਟਨਾਵਾਂ ਹੋ ਰਹੀਆਂ ਨੇ ਜੀ। ਪੰਨੂ ਸਾਹਿਬ, ਆਮ ਆਦਮੀ ਪਾਰਟੀ ਨੇ ਆਪਣਾ ਜਿਹੜਾ ਜਥੇਬੰਦਕ ਢਾਂਚਾ ਹੈ ਜੀ, ਉਸ ਦੀ ਲਿਸਟ ਜਾਰੀ ਕਰਤੀ ਹੈ। ਲਿਸਟ ਜਾਰੀ ਕਰ ਦਿੱਤੀ ਹੈ, ਪਰ ਉਸ ਲਿਸਟ ਦੇ ਉੱਤੇ ਹਾਸਾ ਆਉਂਦਾ ਵੇ। ਇਹ ਅੱਗੇ ਦੂਸਰਿਆਂ ਦਾ ਮਜ਼ਾਕ ਉਡਾਉਂਦੇ ਹੁੰਦੇ ਸੀ, ਇਹਦੀ ਚੱਲੇ ਕਾਰਤੂਸ ਲਿਆ ਕੇ ਤੇ ਲੀਡਰ ਬਣਾ ਦਿੰਦੇ। ਹੁਣ ਇਹਨਾਂ ਨੇ ਆਪ ਕੀ ਕੀਤਾ, ਇੱਕ ਮਾਝਾ ਜੋਨ ਬਣਾਤਾ, ਉਹਦਾ ਇੰਚਾਰਜ ਇਹੋ ਜਿਹਾ ਬੰਦਾ ਬਣਾਇਆ ਜਿਹਨੇ ਅਸੈਂਬਲੀ ਚੋਣ ਲੜੀ ਸੀ ਤੇ ਆਪਣੇ ਹਲਕੇ ਚੋਂ ਤੀਜੇ ਨੰਬਰ ਤੇ ਆਇਆ ਸੀ ਜੀ। ਇੱਕ ਦੁਆਬਾ ਜੋਨ ਬਣਾਤਾ, ਉਹਦਾ ਇੰਚਾਰਜ ਵੀ ਦੁਆਬੇ ਚੋਂ ਉਹ ਬੰਦਾ ਚੁਣ ਕੇ ਲਾਇਆ ਜਿਹੜਾ ਚੋਣ ਲੜੀ ਸੀ ਤੇ ਆਪਣੇ ਹਲਕੇ ਚੋਂ ਤੀਸਰੇ ਥਾਂ ਤੇ ਆਇਆ ਸੀ। ਇਹ ਤੀਸਰੇ ਤੀਸਰੇ ਥਾਂ ਤੇ ਉਹਨਾਂ ਨੇ ਮਾਲਵੇ ਵਿਚ ਵੀ ਇੱਕ ਇਹੋ ਜਿਹਾ, ਮਾਲਵੇ ਦੇ ਦੋ ਜੋਨ ਬਣਾਏ ਆ, ਦੋ ਚੋਂ ਇੱਕ ਜੋਨ ਦਾ ਇੰਚਾਰਜ ਇਹੋ ਜਿਹਾ ਬੰਦਾ ਲਾਇਆ ਜਿਹੜਾ ਆਪਣੇ ਹਲਕੇ ਚੋਂ ਤੀਸਰੇ ਥਾਂ ਆਇਆ ਸੀ। ਇਹ ਤੀਸਰੇ ਤੀਸਰੇ ਥਾਂ ਵਾਲੇ ਸਾਰੇ ਕਿਉਂ ਵੱਡੇ ਲੀਡਰ ਬਣਾਏ ਗਏ ਨੇ? ਇਹਦੇ ਤੋਂ ਲੱਗਦਾ ਕਿ ਪਾਰਟੀ ਦੇ ਵਿਚ ਅਜੇ ਵੀ ਪਾਰਟੀ ਹਿੱਤਾਂ ਦੇ ਬਜਾਏ ਦਿੱਲੀ ਵਿਚ ਬੈਠੇ ਉਹਨਾਂ ਦੋ ਬੰਦਿਆਂ ਦੀ ਬਹੁਤ ਜ਼ਿਆਦਾ ਚੱਲਦੀ ਹੈ ਜਿਹੜੇ ਕੇਜਰੀਵਾਲ ਦੇ ਨੇੜੇ ਆ, ਤੇ ਜਦੋਂ ਪੰਜਾਬ ਆਏ ਸੀ ਭੱਠਾ ਬਿਠਾ ਕੇ ਗਏ ਸੀ, ਉਨ੍ਹਾਂ ਚਿਰ ਗਏ ਨੀ, ਉਦੋਂ ਹੀ ਗਏ ਸੀ ਜਦੋਂ ਗਰੰਟੀ ਹੋ ਗਈ ਸੀ ਕਿ ਹੁਣ ਕੁਝ ਕਰਨ ਦੀ ਲੋੜ ਨੀ, ਜੋ ਅਸੀਂ ਕਰਨਾ ਸੀ ਕਰ ਦਿੱਤਾ। ਅਜੇ ਤੱਕ ਲੋਕੀ ਕਹਿੰਦੇ ਆ ਕਿ ਚੱਲਦੀ ਉਹਨਾਂ ਦੀ ਆ, ਨਹੀਂ ਤਾਂ ਲਿਸਟ ਜਿਹੜੀ ਇਹ ਆਈ ਹੈ ਇਹਦਾ ਇੰਨਾ ਮਾੜਾ ਪ੍ਰਭਾਵ ਨਹੀਂ ਸੀ ਹੋਣਾ, ਲਿਸਟ ਦਾ ਪ੍ਰਭਾਵ ਬਹੁਤ ਮਾੜਾ ਜਾ ਰਿਹਾ ਜੀ। ਪੰਨੂ ਸਾਹਿਬ, ਇਹ ਹੋ ਗਿਆ ਉਹਨਾਂ ਖਬਰਾਂ ਦੀ ਗੱਲ ਜੋ ਹਾਲਾਤ ਹੈ। ਇੱਕ ਹਾਲਾਤ ਹੋਰ ਬਣੇ ਹੋਏ ਨੇ ਲੰਬੀ ਵਾਲੇ ਪਾਸੇ, ਪਾਵਰਕਾਮ ਛਾਪੇ ਮਾਰ ਰਿਹਾ ਜੀ ਹੁਣ ਲਗਾਤਾਰ 10 ਸਾਲ ਪਾਵਰਕਾਮ ਬਿਜਲੀ ਬੋਰਡ ਦੇ ਅਫਸਰਾਂ ਦੀ ਬੇਇੱਜ਼ਤੀ ਬਹੁਤ ਲੰਬੀ ਇਲਾਕੇ ਦੇ ਲੋਕਾਂ ਨੇ ਕੀਤੀ ਸੀ। ਹਰ ਇਲਾਕੇ ਚ ਛੋਟੇ ਮੋਟੇ ਕੰਮਾਂ ਦੇ ਠੇਕੇ ਵੀ ਉਹਨਾਂ ਬੰਦਿਆਂ ਨੂੰ ਦਿੱਤੇ ਗਏ ਜਿਹੜੇ ਜਾਂ ਬਾਦਲ ਪਿੰਡ ਦੇ ਸੀ ਜਾਂ ਬਾਦਲ ਪਿੰਡ ਦੇ ਵਿਚ ਕੋਈ ਰਿਸ਼ਤੇਦਾਰੀ ਸੀ। ਅਫਸਰਾਂ ਨੂੰ ਏਦਾਂ ਬੋਲਦੇ ਹੁੰਦੇ ਸੀ ਜਿਵੇਂ ਬੰਦਾ ਕੋਈ ਪੱਠੇ ਪਾਉਣ ਵਾਸਤੇ ਪਿੰਡ ਦਾ ਦਿਹਾੜੀਆ ਰੱਖਿਆ ਹੁੰਦਾ। ਜਦੋਂ 4 ਫਰਵਰੀ ਨੂੰ ਵੋਟਾਂ ਪੈ ਗਈਆਂ, 2 ਦਿਨ ਬਾਅਦ ਹੀ ਪਾਵਰਕਾਮ ਨੇ ਜਾ ਕੇ ਫਿਰ ਛਾਪੇ ਮਾਰਨੇ ਸ਼ੁਰੂ ਕਰਤੇ, ਤੇ ਪਹਿਲਾ ਛਾਪਾ ਉਸ ਵਕਤ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਿਹੜਾ ਉਹਦੇ ਹਲਕਾ ਇੰਚਾਰਜ ਦਿਆਲ ਸਿੰਘ ਕੋਲਿਆਂਵਾਲੇ ਦੇ ਪਿਆ, ਤੇ ਉਹਨਾਂ ਨੇ ਆਖਿਆ ਜੀ 23 ਲੱਖ ਰੁਪਇਆ ਤੇਰੇ ਨਾਲ ਬਣਦਾ, ਤੂੰ ਦਿੰਦਾ ਕਿੱਦਾਂ ਨੀ। ਉਹਨਾਂ ਛਾਪਿਆਂ ਸ਼ੁਰੂ ਹੋਇਆ। ਹੁਣ ਲੰਬੀ ਚ ਹੱਟ ਹੱਟ ਕੇ ਛਾਪੇ ਪਏ, ਜੇ 4 ਤਰੀਕ ਨੂੰ ਪਏ ਸੀ, 4 ਤੋਂ ਬਾਅਦ ਆ 13 ਤਰੀਕ ਨੂੰ ਫਿਰ ਪੈ ਗਏ। ਮੁੜ ਮੁੜ ਕੇ ਛਾਪੇ ਇਸ ਕਰਕੇ ਪੈ ਰਿਹਾ ਕਿ ਲੰਬੀ ਦੇ ਵਿਚ ਬਹੁਤ ਸਾਰੇ ਲੋਕ, ਸਾਰੇ ਪੰਜਾਬ ਸਭ ਤੋਂ ਵੱਧ ਬਿਜਲੀ ਚੋਰੀ ਲੰਬੀ ਚ ਹੁੰਦੀ ਹੈ। ਉੱਥੇ ਬਹੁਤ ਲੋਕ ਨੇ ਜਿਨ੍ਹਾਂ ਨੇ ਕਦੇ ਬਿਜਲੀ ਦਾ ਕੋਈ ਬਿੱਲ ਅਦਾ ਕੀਤਾ ਹੀ ਨਹੀਂ, ਮੀਟਰ ਬੰਦ ਪਏ ਨੇ, ਤਾਰਾਂ ਕੁੰਡੀਆਂ ਲੱਗੀਆਂ ਨੇ, ਕੰਮ ਚੱਲੀ ਜਾਂਦਾ। ਉਹ ਜਿਹੜੇ ਏਦਾਂ ਦੇ ਲੋਕ ਹੈ ਉਹਨਾਂ ਦੇ ਉੱਤੇ ਇੱਕ ਵਾਰੀ ਛਾਪੇ ਪਏ, ਉਹਨੇ ਆਖਿਆ ਛਾਪੇ ਮਾਰ ਕੇ ਤੁਰ ਗਏ, ਹੁਣ ਦੁਬਾਰਾ ਥੋੜਾ ਆਉਣ ਲੱਗੇ, ਇਹਨਾਂ ਦੁਬਾਰਾ ਜਾ ਕੇ ਛਾਪੇ ਮਾਰਤੇ। ਬਾਦਲ ਪਿੰਡ ਦੀ ਆਪਣੇ ਦੀ ਅੱਜ ਕੱਲ ਸਟਰੀਟ ਲਾਈਟ ਕੱਟੀ ਹੋਈ ਹੈ, ਕਿਉਂਕਿ 10 ਲੱਖ ਰੁਪਏ ਤੋਂ ਵੱਧ ਬਿੱਲ ਹੋ ਗਿਆ, ਤੇ ਬਾਦਲ ਪਿੰਡ ਦੀ ਪੰਚਾਇਤ ਨੇ ਦਿੱਤਾ ਨੀ, ਤੇ ਪੰਚਾਇਤ ਨੇ ਦੇਣਾ ਜੇ ਦੇਣਾ, ਬਾਦਲਾਂ ਨੇ ਤੇ ਕਦੇ ਦਿੱਤਾ ਨੀ, ਇਹ ਤਾਂ ਇਕੱਠੇ ਕਰਨ ਜੋਗੇ ਨੇ, ਇਹਨਾਂ ਕੀ ਦੇਣਾ। ਤੇ ਉੱਥੇ ਉਹਨਾਂ ਦੀ ਵੀ ਬਿਜਲੀ ਕੱਟੀ ਪਈ ਹੈ। ਸੋ ਬਾਦਲ ਪਿੰਡ ਦੀ ਵੀ ਆ, ਬਾਦਲਾਂ ਦੇ ਹਲਕੇ ਲੰਬੀ ਦੀ ਵੀ ਆ, ਸਾਰਿਆਂ ਦੇ ਉੱਥੇ ਬੁਰਾ ਹਾਲ ਆ। ਤੇ ਪਾਵਰਕਾਮ ਨੇ ਜਿਹੜੀ ਸਖ਼ਤੀ ਕੀਤੀ ਹੈ, ਇਹਦੇ ਨਾਲ ਦੀ ਕਲੈਕਸ਼ਨ ਵੱਧ ਰਹੀ ਹੈ, ਆਮਦਨ ਵੱਧ ਰਹੀ ਹੈ। ਲੋਕੀ ਸਮਝਦੇ ਆ ਕਿ ਲੇਟ ਇਹ ਕੰਮ ਸ਼ੁਰੂ ਕੀਤਾ, ਪਹਿਲਾਂ ਕਰਨਾ ਚਾਹੀਦਾ ਸੀ, ਪਰ ਜਦੋਂ ਵੀ ਕੀਤਾ ਇਹਨੂੰ ਦੇਰ ਆਏ ਦਰੁਸਤ ਆਏ ਮੰਨਣਾ ਚਾਹੀਦਾ ਜੀ। ਹੁਣ ਸਾਹਿਬ ਰੋਂਗਾ ਜੀ, ਤੁਹਾਡੀ ਲੰਬੀ ਤੇ ਚੱਲ ਪੈਂਦੇ ਆਪਾਂ ਫਿਰ, ਠੀਕ ਹੈ ਜੀ, ਨੇੜੇ ਪਾਵਰਕਾਮ ਹੁਣ ਲੰਬੀ ਦੇ ਮਗਰ ਪੈ ਗਈ।
ਮੁੜ ਮੁੜ ਛਾਪੇ ਉਹ ਰਹੀ ਹੈ ਮਾਰ ਬੇਲੀ, ਕਈਆਂ ਲੋਕਾਂ ਦੇ ਮੀਟਰ ਹਨ ਬੰਦ ਨਿਕਲੇ, ਬਿਜਲੀ ਵਾਲੀ ਡਾਇਰੈਕਟ ਸੀ ਤਾਰ ਬੇਲੀ, ਛਾਪਾ ਮਾਰੀ ਤਾਂ ਹੋਈ ਉਧਰ ਸੀ ਹੋਈ ਪਹਿਲਾਂ, ਭਰ ਗਏ ਉਦਨ ਵੀ ਸਨ ਅਖਬਾਰ ਬੇਲੀ, ਲੋਕਾਂ ਸੋਚ ਲਿਆ ਫੇਰ ਨਹੀਂ ਆਉਣ ਲੱਗੇ, ਛਾਪਾ ਪਿਆ ਫਿਰ ਤੋਂ ਤੜਕ ਸਾਰ ਬੇਲੀ ਜੀ। ਬਾਕੀ ਚਾਰ ਲਾਈਨਾਂ ਨੇ, ਆਇਆ ਖਬਰ ਨਾ ਲੈਣ ਵੀ ਕੋਈ ਲੀਡਰ, ਕਰਨਾ ਲੋਕਾਂ ਲਈ ਔਖਾ ਹੀ ਸਬਰ ਬੇਲੀ, ਫਿਰਨੀ ਹੋ ਗਈ ਹਨੇਰੀ ਜਦ ਬਾਦਲਾਂ ਦੀ, ਕਿਹੜਾ ਲੰਬੀ ਦੀ ਲਹੂ ਫਿਰ ਖਬਰ ਬੇਲੀ। ਜਿਨ੍ਹਾਂ ਦੀ ਆਪਣੇ ਪਿੰਡ ਦੀ ਫਿਰਨੀ ਜਿਹੜੀ ਹਨੇਰੀ ਹੋ ਗਈ ਆ, ਉਹ ਲੰਬੀ ਦੀ ਖਬਰ ਲੈਣ ਵਾਸਤੇ ਕੀ ਜਾਣਗੇ। ਸੋ ਬਹੁਤ ਮਿਹਰਬਾਨੀ ਬਨੂ ਸਾਹਿਬ, ਬਹੁਤ ਧੰਨਵਾਦ ਜੀ ਤੁਹਾਡਾ, ਸਤਿ ਸ੍ਰੀ ਅਕਾਲ ਜੀ, ਬਹੁਤ ਦੋਸਤੋ। ਜਤਿੰਦਰ ਪੰਨੂ ਸਾਹਿਬ ਦੇ ਨਾਲ ਗੱਲਬਾਤ ਚੱਲ ਰਹੀ ਸੀ, ਤੁਸੀਂ ਸਾਰੇ ਇਸ ਖਬਰਸਾਰ ਦਾ ਆਨੰਦ ਮਾਣ ਰਹੇ ਸੀ। ਇਸ ਪ੍ਰੋਗਰਾਮ ਨੂੰ ਸਾਡੇ ਤੱਕ ਤੇ ਤੁਹਾਡੇ ਤੱਕ ਪਹੁੰਚਦਾ ਕਰਨ ਦੇ ਵਾਸਤੇ ਜਿਹੜੀ ਸ਼ਖਸੀਅਤ ਦਾ ਧੰਨਵਾਦ ਹੈ ਜੀ, ਉਹਦਾ ਜ਼ਰੂਰ ਕਰਾਂਗੇ। ਔਰ ਉਹ ਸ਼ਖਸੀਅਤ ਨੇ ਜੀ ਬਲਵੀਰ ਸਿੰਘ ਦਰਾਰ ਪੱਲੀ ਚਿੱਕੀ ਵਾਲੇ, ਉਨ੍ਹਾਂ ਦੇ ਸਹਿਯੋਗ ਦੇ ਸਦਕਾ ਅੱਜ ਦੀ ਇਹ ਗੱਲਬਾਤ ਤੁਹਾਡੇ ਤੱਕ ਪਹੁੰਚੀ।